be it youth in US, Canada or India, I feel like they still don't know what they want out of their life. ਇੱਕ 10-12 ਸਾਲ ਦਾ ਬੱਚਾ ਦੁਨੀਆ ਨੂੰ ਸਮਝਣ ਲੱਗ ਜਾਂਦਾ ਹੈ। ਬੱਚੇ ਨੂੰ ਬਹੁਤ ਘੱਟ ਗਰੋ ਕਰਨ ਦੇ ਮੌਕੇ ਮਿਲਦੇ ਆ। ਬੱਚਿਆਂ ਨੂੰ ਹਮੇਸ਼ਾ ਕਿਹਾ ਜਾਂਦਾ ਹੈ, "ਬੇਟੇ ਤੁਸੀਂ ਹਲੇ ਨਿੱਕੇ ਹੋ, ਤੁਸੀਂ ਸਿਰਫ ਸੁਣ ਤੋਂ ਕੁਝ ਬੋਲਣਾ ਨਹੀਂ ਹੈ।" ਇਸ ਦੇ ਕਰਕੇ ਉਹ ਬੱਚਾ ਗਰੋ ਨਹੀਂ ਹੋ ਪਾਉਂਦਾ। ਜੇ ਬੱਚਾ ਖੁਦ ਐਕਸਪਲੋਰ ਨਹੀਂ ਕਰੇਗਾ, ਹਾਊ ਹੀ অর ਸ਼ੀ ਇਜ਼ ਗੋਇੰਗ ਟੂ ਗਰੋ? ਵੀ ਆਰ ਪਲੇਇੰਗ ਲਾਈਕ ਟੋਟਲ ਹਿਪੋਕ੍ਰੇਟਸ। ਜਦ ਅਸੀਂ ਐਗਜ਼ਾਮਪਲ ਦਿੰਨੇ ਆ ਬਾਬਾ ਫਤਿਹ ਸਿੰਘ ਜੀ ਦੀ, ਐਗਜ਼ਾਮਪਲ ਦਿੰਨੇ ਆ ਸ਼ਹੀਦ ਭਗਤ ਸਿੰਘ ਦੀ ਤੇ ਦੂਜੇ ਪਾਸੇ ਬੱਚਿਆਂ ਉਹ ਕਹਨੇ ਹੁਣ ਤੂੰ ਸਖਾਏਗਾ ਹੁਣ ਤੂੰ ਦੱਸੇਗਾ ਤੋਹਲੇ ਐਨੇ ਜੋਗਾ ਹੋ ਗਿਆ ਵੀ ਹੁਣ ਤੂੰ ਦੱਸੇਗਾ ਅਸੀਂ ਬੱਚਿਆਂ ਨੂੰ ਆਪਣੇ ਬੈਗੇਜ ਦੇ ਥਰੂ ਦੇਖਦੇ ਹਾਂ ਜਦ ਦੀ ਜਦ ਸਾਡੇ ਜਨਰੇਸ਼ਨ ਅੱਗੇ ਵਧੇ ਜਾ ਰਹੀ ਹੈ ਅਸੀਂ ਬਹੁਤ ਕਮਜ਼ੋਰ ਹੋਈ ਜਾ ਰਹੇ ਤੇ ਇਸ ਦਾ ਇੱਕ ਹੀ ਤੋੜ ਹੈ ਮੈਂਟਲ ਸਟਰੈਂਥ ਹੁਣ ਉਹ ਮੈਂਟਲ ਸਟਰੈਂਥ ਕਿੱਦਾਂ ਆਵੇ ਅੱਜ ਸਾਰਿਆਂ ਨੂੰ ਜਿਹੜਾ ਅੱਜ ਦਾ ਪੋਡਕਾਸਟ ਹੈਗਾ ਮੈਂ ਰਿਕਵੈਸਟ ਕਰਾਂਗੀ ਸਾਰੀ ਫੈਮਿਲੀ ਇਕੱਠੇ ਬੈਠ ਕੇ ਦੇਖਿਓ ਸਾਨੂੰ ਹਮੇਸ਼ਾ ਲੱਗਦਾ ਹੈ ਕਿ ਸਾਡੇ ਅੰਦਰ ਨਾ ਇੱਕ ਜਨਰੇਸ਼ਨ ਗੈਪ ਹੈਗਾ ਸਾਡੇ ਪੇਰੈਂਟਸ ਕੁਝ ਹੋਰ ਸੋਚਦੇ ਨੇ ਅਸੀਂ ਕੁਝ ਹੋਰ ਸੋਚਦੇ ਆ ਤੇ ਇਹ ਇੱਕ ਜਨਰੇਸ਼ਨ ਗੈਪ ਹਮੇਸ਼ਾ ਹੀ ਰਹੇਗਾ ਪਰ ਮੇਰਾ ਐਵੀ ਮੰਨਣਾ ਕਿ ਸਾਡੇ ਅੱਜ ਦੇ ਐਪੀਸੋਡ ਤੋਂ ਬਾਅਦ ਸਾਡੇ ਵੱਡਿਆਂ ਨੂੰ ਤੇ ਸਾਨੂੰ ਇੱਕ ਪਰਸਪੈਕਟਿਵ ਮਿਲੇਗਾ ਦੁਨੀਆ ਨੂੰ ਅਲੱਗ ਤਰੀਕੇ ਨਾਲ ਦੇਖਣ ਦੀ ਗੌਰਵਦੀਪ ਸਿੰਘ ਇੱਕ ਐਨਜੀਓ ਚਲਾਉਂਦੇ ਨੇ ਪੰਜਾਬ ਦੇ ਅੰਦਰ ਇਨੀਸ਼ੀਅਰਸ ਆਫ ਚੇਂਜ ਦਾ ਨਾਮ ਤੇ ਉਨ੍ਹਾਂ ਦਾ ਮਿਸ਼ਨ ਤੇ ਵਿਜ਼ਨ ਇਹੀ ਹੈਗਾ ਕਿ ਕਿਦਾਂ ਉਹ ਯੂਥ ਨੂੰ ਤਿਆਰ ਕਰਨ ਕਿ ਉਹ ਆਪਣੀ ਸਕਿੱਲ ਸੈਟ ਨੂੰ ਪਛਾਣਨ ਤੇ ਆਪਣੀ ਤੇ ਦੁਨੀਆ ਤੇ ਇੱਕ ਵੱਡਾ ਇੰਪੈਕਟ ਲੈ ਕੇ ਆਣ ਮੈਂ ਉਮੀਦ ਕਰਦੀ ਆ ਅੱਜ ਦੇ ਐਪੀਸੋਡ ਵਿੱਚ ਸਾਡੇ ਯੂਥ ਨੂੰ ਕੁਝ ਨਾ ਕੁਝ ਸਿੱਖਣ ਨੂੰ ਮਿਲੇਗਾ ਤੇ ਉਹ ਸਿੱਖਿਆ ਆਪਣੇ ਆਪ ਦੇ ਇੰਪਲੀਮੈਂਟ ਕਰਨਗੇ ਤਾਂ ਕਿ ਉਹ ਖੁਦ ਅੱਗੇ ਜਾ ਕੇ ਆਪਣੇ ਦੇਸ਼ ਦੇ ਅੰਦਰ ਆਪਣੀ ਲਾਈਫ ਦੇ ਅੰਦਰ ਕੁਝ ਚੇਂਜ ਲੈ ਕੇ ਆਣਗੇ ਸੋ ਬਿਨਾ ਵੇਟ ਕਰਦੇ ਆਂ ਆਪ ਅੱਜ ਦਾ ਐਪੀਸੋਡ ਅਸੀਂ ਸ਼ੁਰੂ ਕਰਦੇ ਆਂ ਸਤਿ ਸ਼੍ਰੀ ਅਕਾਲ ਗੌਰਵ ਦੀਪ ਜੀ ਕੀ ਹਾਲ ਚਾਲ ਸਤਿ ਸ਼੍ਰੀ ਅਕਾਲ ਜੀ ਬਹੁਤ ਵਧੀਆ ਤੁਸੀਂ ਸੁਣਾਉ ਕਰਨ ਬਸ ਵਧੀਆ ਬਸ ਉਹਦੇ ਆਨੋ ਤੁਹਾਨੂੰ ਲੇਟ ਨਾਈਟ ਤੱਕ ਉਠਾ ਕੇ ਰੱਖਿਆ ਪੰਜਾਬੀਆਂ ਨੂੰ ਆਦਤ ਹੈ ਨਾ ਅੱਧੇ ਲੋਕ ਸਾਡੇ ਕੈਨੇਡਾ ਰਹਿੰਦੇ ਆ ਯੂਐਸ ਰਹਿੰਦੇ ਆ ਰਾਤੀ ਗੱਲ ਕਰਨੀ ਹੁੰਦੀ ਹੈ ਸਵੇਰ ਯੂਸ ਟੂ ਇਟ ਕੋਈ ਇੱਕ ਨਹੀਂ ਬਟ ਨੋ ਥੈਂਕ ਯੂ ਥੈਂਕ ਯੂ ਫॉर ਯੋਰ ਟਾਈਮ ਤੇ ਆਮ ਆਥਿੰਕ ਅੱਜ ਦਾ ਜਿਹੜਾ ਐਪੀਸੋਡ ਜਿਹੜਾ ਹੈਗਾ ਸਾਡਾ ਉਹ ਬੜੇ ਡਿਫਰੈਂਟ ਹੋਣ ਵਾਲਾ ਹੈ ਕਿਉਂਕਿ ਅਸੀਂ ਯੂਥ ਤੇ ਨਹੀਂ ਗੱਲ ਕੀਤੀ ਕਦੇ ਵੀ ਤੇ ਬੀ ਇਟ ਯੂਥ ਇਨ ਯੂਐਸ ਕੈਨੇਡਾ অর ਇੰਡੀਆ ਮਨੂੰ ਦਿਸ ਇਜ਼ ਮਾਈ ਰਾਏ ਦਿਸ ਇਜ਼ ਮਾਈ opinion I feel like ਉਹਨਾਂ ਨੂੰ ਪਤਾ ਨਹੀਂ ਹੁੰਦਾ like they're somewhat like ਜੀ ਅ ਉਹ ਤੇ ਕਾਲਜ ਜਾ ਰਹੇ ਹੁੰਦੇ ਨੇ ਦੇ ਸਟੱਡੀਸ ਕਰ ਰਹੇ ਹੁੰਦੇ ਨੇ but they still don't know what they want out of their life ਤੁਹਾਡੀ ਕੀ ਰਾਏ ਹੈ ਇਸ ਬਾਰੇ ਅ ਮੈਨੂੰ ਲੱਗਦਾ ਕਿ ਜੇ ਮੈਂ ਆਪਣੀ ਜਰਨੀ ਵਾਲ ਦੇਖਾਂ ਜੇ ਮੈਂ ਆਪਣੀ ਲਾਈਫ ਵਾਲ ਦੇਖਾ ਤਾਂ ਸੀ ਸਟਰਗਲ ਐਂਡ ਬੀਂਗ ਲੋਸਟ ਸਾਡੇ ਪੰਜਾਬੀਆਂ ਲਈ ਆ ਇੰਡੀਅਨ ਕਮਿਊਨਿਟੀ ਲਈ ਖਾਸ ਤੌਰ ਤੇ ਔਰ ਮੈਂ ਕਹਿਣਾ ਫੋਰ ਜੇ ਮੈਨੂੰ ਇੱਕ ਮੈਕਰੋ ਲੈਵਲ ਤੇ ਵੀ ਦੇਖਾਂ ਤਾਂ ਜਿਹੜਾ ਏਜ ਗਰੁੱਪ ਹੈ ਨਾ ਰਾਈਟ ਫਰਮ ਵੈਨ ਵੀ ਆਰ ਇਨਟੂ ਆਰ ਹਾਈ ਸਕੂਲ 10th ਗ੍ਰੇਡ ਤੋਂ ਲੈ ਕੇ 20 22 ਸਾਲ ਤੱਕ ਦਾ ਜਿਹੜਾ ਏਜ ਗਰੁੱਪ ਹੈ ਨਾ ਅਸੀਂ ਮੋਸਟਲੀ ਲੋਸਟ ਹੀ ਹੁੰਨੇ ਆ ਉਹਦਾ ਕਾਰਨ ਨਾ ਬਹੁਤ ਡੀਪ ਰੂਟਿਡ ਹੈ ਹੂੰ when we are growing up jad assi bade ho rahe hunde na saanu sari zindagi karan tusi vi notice kita hovega main bahut kita hai ke validation na bahut katt mildi hai khas taur te indian society de vich bachiyan nu ਨਿੱਕੇ ਹੁੰਦੇ ਤੋਂ ਬੱਚਿਆਂ ਨੂੰ ਹਮੇਸ਼ਾ ਕਿਹਾ ਜਾਂਦਾ ਹੈ ਬੇਟੇ ਤੁਸੀਂ ਆਲੇ ਨਿੱਕੇ ਹੋ ਤੂੰ ਪਹਿਲੇ ਸੁਣ ਤੂੰ ਸਿਰਫ ਸੁਣ ਤੂੰ ਕੁਝ ਬੋਲਣਾ ਨਹੀਂ ਹੈ ਉਹਨਾਂ ਦਾ ਸੈਲਫ ਐਕਸਪ੍ਰੈਸ਼ਨ ਨਾ ਬਹੁਤ ਘੱਟ ਖੋਲਿਆ ਜਾਂਦਾ ਹੈ ਬੱਚੇ ਨੂੰ ਬਹੁਤ ਘੱਟ ਗਰੋਅ ਕਰਨ ਦੇ ਮੌਕੇ ਮਿਲਦੇ ਹੈ ਬੱਚੇ ਨੂੰ ਬਹੁਤ ਘੱਟ ਐਕਸਪੋਜ਼ਰ ਹੁੰਦਾ ਹੈ ਕਿਤੇ ਵੀ ਮੈਂ ਸਿਰਫ ਸਿਰਫ ਇਹ ਨਹੀਂ ਕਿ ਫਾਈਨੈਂਸ਼ੀਅਲ ਕੰਸਟਰੈਂਟਸ ਹੁੰਦੇ ਜਾਂਦੇ ਵਿੱਚ ਇਹ ਹਮੇਸ਼ਾ ਤੋਂ ਹੀ ਮੰਨ ਲਓ ਮੇਰਾ ਇਹ ਮੰਨਣਾ ਹੈ ਕਿ ਇੱਕ 10-12 ਸਾਲ ਦਾ ਬੱਚਾ ਦੁਨੀਆ ਨੂੰ ਸਮਝਣ ਲੱਗ ਜਾਂਦਾ ਹੈ ਉਹਨੂੰ ਦੁਨੀਆ ਦੀ ਸਮਝ ਹੁੰਦੀ ਹੈ ਤੇ ਜਦ ਮੰਨ ਲਓ ਉਹਦੇ ਮਮਾ ਪਾਪਾ ਦੀ ਲੜਾਈ ਹੋ ਰਹੀ ਹੈ ਫੋਰ ਏਗਜ਼ਾਮਪਲ ਮੇਰੇ ਮਮਾ ਪਾਪਾ ਦੀ ਲੜਾਈ ਹੋ ਰਹੀ ਹੈ ਤੇ ਮੈਂ ਜਾਣਾ ਮੈਂ ਮਮਾ ਨੂੰ ਕਹਿੰਨਾ ਮਮਾ ਐਦਾਂ ਨਹੀਂ ਐਦਾਂ ਕਰ ਲੋ ਅਗੋਂ ਮੋਸਟਲੀ ਜਵਾਬ ਐ ਹੀ ਮਿਲਦਾ ਬੱਚਿਆਂ ਨੂੰ ਹੁਣ ਤੂੰ ਸਿਖਾਏਂਗਾ ਹੁਣ ਤੂੰ ਦੱਸੇਂਗਾ ਤੂੰ ਹਲੇ ਇੰਨੇ ਜੋਗਾ ਹੋ ਗਿਆ ਵੀ ਹੁਣ ਤੂੰ ਦੱਸੇਂਗਾ ਤੂੰ ਚੁੱਪ ਕਰ ਜਾ ਤੂੰ ਹਲੇ ਛੋਟਾ ਹੈ ਤੂੰ ਨਹੀਂ ਬੋਲਣਾ ਫਿਰ ਬੱਚਾ ਥੋੜਾ ਆਪਣੇ ਆਪ ਨੂੰ ਸੋਚਦਾ ਕਿ আচ্ছা ਮੈਂ ਹਲੇ ਬੱਚਾ ਠੀਕ ਹੈ ਫਿਰ ਬੱਚੇ ਦੇ ਕੈਰੀਅਰ ਚੂਜ਼ ਕਰਨ ਦੇ ਬਾਰੇ ਆਂਦੀ ਹੈ ਫਿਰ ਉਹਦੇ ਵਿੱਚ ਪੇਰੈਂਟਸ ਇਨਵੋਲ ਹੈ ਮੋਸਟ ਤੇ 35 ਸਾਲ ਤੱਕ ਤਾਂ ਲੋਕਾਂ ਨੂੰ ਬੱਚਾ ਹੀ ਸਮਝਿਆ ਜਾਂਦਾ ਤੁਸੀਂ ਜੇ ਉਹਨਾਂ ਦੇ ਫਾਦਰ ਦੀ ਗੱਲ ਕਰੋਗੇ ਜਾਂ ਪੋਲਿਟਿਕਸ ਵੀ ਆ ਜਿਵੇਂ ਇਹਨੂੰ ਪੋਲਿਟਿਕਸ ਵੀ ਰਿਲੇਟ ਕਰਦੇ ਆ ਤਾਂ ਇਫ ਦਾ ਫਾਦਰ ਇਜ਼ ਅ ਲਾਈਵ ਤਾਂ 60 65 ਸਾਲ ਦਾ ਬੱਚਾ ਬੰਦਾ ਵੀ ਬੱਚਾ ਹੀ ਮੰਨਿਆ ਜਾਂਦਾ ਇਫ ਐਸੀ ਦੇ ਇੰਡੀਅਨ ਪੋਲਿਟਿਕਸ ਆਫ ਦਾ ਪੰਜਾਬ ਪੋਲਿਟਿਕਸ ਤਾਂ ਕਿਤੇ ਨਾ ਕਿਤੇ ਨਾ ਸਾਡੀ ਅਪਬ੍ਰਿੰਗਿੰਗ ਦੇ ਵਿੱਚ ਇਹ ਚੀਜ਼ ਹੈ ਕਿ ਅਸੀਂ ਬੱਚਿਆਂ ਨੂੰ ਵੱਡੇ ਹੋਣਾ ਫੀਲ ਹੀ ਨਹੀਂ ਕਰਾਂਦੇ 14-15 ਸਾਲ ਦੇ ਬੱਚੇ ਦਾ ਬ੍ਰੇਨ ਗਰੋ ਕਰ ਜਾਂਦਾ ਹੈ ਉਹ ਸਭ ਸਮਝਦਾ ਹੈ ਉਹ ਸਹੀ ਗਲਤ ਸਮਝਦਾ ਹੈ ਸਿਰਫ ਉਹਦਾ ਦੁਨੀਆ ਨੂੰ ਲੈ ਕੇ ਐਕਸਪੀਰੀਅੰਸ ਤੁਹਾਡੇ ਨਾਲੋਂ ਘੱਟ ਹੈ ਤੇ ਐਕਸਪੀਰੀਅੰਸ ਹੋਏਗਾ ਉਦੋਂ ਹੀ ਜਦ ਅਸੀਂ ਉਹਨੂੰ ਮੌਕਾ ਦਵਾਂਗੇ ਉਹਦੇ ਕਾਰਨ ਹੀ ਬੱਚਾ ਆਪਣੇ ਆਪ ਨੂੰ ਘੱਟ ਦੇਖਣ ਲੱਗ ਜਾਂਦਾ ਹੈ ਹੌਲੀ ਹੌਲੀ ਜਿਹੜੇ ਸੁਪਨੇ ਸਾਡੇ ਹੁੰਦੇ ਆ ਨਾ ਯੂ ਸੀ ਤੁਸੀਂ ਜਦ ਛੋਟੇ ਸੀ ਫਰਸਟ ਕਲਾਸ ਦੇ ਵਿੱਚ ਸੀ ਤੁਹਾਡੇ ਬਹੁਤ ਵੱਡੇ ਸੁਪਨੇ ਹੋਣਗੇ ਆਈ ਵਾਂਟ ਟੂ ਡੂ ਥਿਸ ਆਈ ਵਾਂਟ ਟੂ ਡੂ 댓 ਅਸੀਂ ਜਿਵੇਂ ਜਿਵੇਂ ਵੱਡੇ ਹੁੰਨੇ ਆ ਸਾਡੇ ਸੁਪਨੇ ਛੋਟੇ ਹੋਣ ਲੱਗ ਜਾਂਦੇ ਆ ਅਸੀਂ ਆਪਣੇ ਆਪ 'ਚ ਡਰਨ ਲੱਗ ਜਾਂਦੇ ਆ ਉਹ ਹੁੰਦਾ ਕਿਉਂ ਹੈ ਕਿਉਂਕਿ ਸਾਡਾ ਆਲਾ ਦੁਆਲਾ ਸਾਨੂੰ ਬਾਰ-ਬਾਰ ਹੈ ਮਹਿਸੂਸ ਕਰਾਂਦਾ ਹੈ ਕਿ ਤੂੰ ਹਲੇ ਛੋਟਾ ਹੈ ਤੂੰ ਇਸ ਕਾਬਿਲ ਨਹੀਂ ਹੈ ਤੂੰ ਸਿਰਫ ਸੁਣ ਤਾਂ ਬੱਚੇ ਆਪਣੇ ਆਪ ਨੂੰ ਵੈਲੀਡੇਸ਼ਨ ਦੇਣੀ ਬੰਦ ਕਰ ਦਿੰਦੇ ਆ ਕਿਉਂਕਿ ਪਿਆਰ ਮਿਲਿਆ ਨਹੀਂ ਹੁੰਦਾ ਉਹਦੇ ਕਰਕੇ ਪਿਆਰ ਕਹਿ ਲੋ ਲਾਡ ਬਹੁਤ ਮਿਲਿਆ ਹੁੰਦਾ ਪਿਆਰ ਬਹੁਤ ਮਿਲਿਆ ਹੁੰਦਾ ਬਾਰੋ ਜਿਹੜਾ ਸੈਲਫ ਲਵ ਨਹੀਂ ਸਿਖਾਇਆ ਜਾਂਦਾ ਉਹ ਐਕਸਪਲੋਰ ਕਰਨ ਦੀਆਂ ਆਪਰਚੂਨਿਟੀਆਂ ਨਹੀਂ ਦਿੱਤੀਆਂ ਜਾਂਦੀਆਂ ਅੱਜ ਵੀ ਸਾਡੇ ਸਮਾਜ ਦੇ ਵਿੱਚ 30 40 ਸਾਲ ਤੱਕ ਇੰਡੀਪੈਂਡੈਂਸ ਨਹੀਂ ਹੈ ਬੱਚੇ ਨੂੰ ਕਿ ਉਹ ਆਪਣੀ ਜ਼ਿੰਦਗੀ ਨੂੰ ਸਮਝ ਸਕੇ ਖੁਦ ਗਲਤੀਆਂ ਕਰਕੇ ਸਿੱਖ ਸਕੇ ਖੁਦ ਡਿੱਗ ਸਕੇ ਤੇ ਜਦ ਤੱਕ ਉਹ ਨਹੀਂ ਹੋਏਗਾ ਨਾ ਅਸੀਂ ਹਮੇਸ਼ਾ ਲਾਸਟ ਰਵਾਂਗੇ ਨਿੰਮੇ ਇਹ ਗੱਲ ਤੁਸੀਂ 100% ਗੱਲ ਸਹੀ ਕਹੀ ਹੈ ਕਿਉਂਕਿ ਇਹ ਸਾਡੇ ਪੰਜਾਬੀ ਕਲਚਰ ਚ ਹੈ ਕਿ ਪੈਰੈਂਟਸ ਬੱਚ ਨੂੰ ਯੂ ਨੋ ਅੱਗੇ ਨਹੀਂ ਇੱਕ ਤਰ੍ਹਾਂ ਦਾ ਅੱਗੇ ਨਹੀਂ ਵਧਣ ਦਿੰਦੇ ਉਹਨਾਂ ਨੂੰ ਹੈਗਾ ਕਿ ਇਹ ਸਾਡਾ ਬੱਚਾ ਹੈਗਾ ਸਾਨੂੰ ਪ੍ਰੋਟੈਕਟ ਕਰਕੇ ਰੱਖੀਏ ਯੂ ਨੋ ਅਸੀਂ ਉਹਨੂੰ ਜੋ ਸਾਡੇ ਨਾਲ ਹੋਇਆ ਅਸੀਂ ਉਹਨੂੰ ਨਾ ਕਰਨ ਦੇਈਏ ਜੋ ਵੀ ਹੈ ਮਿਸਟੇਕਸ ਨਾ ਹੋਣ ਇਸ ਦੇ ਕਰਕੇ ਉਹ ਬੱਚਾ ਗਰੋ ਨਹੀਂ ਹੋ ਪਾਂਦਾ ਉਸ ਦੀ ਥਿੰਕਿੰਗ ਅਬਿਲਿਟੀ ਹੈਗੀ ਹੈ ਉਹ ਘਟ ਜਾਂਦੀ ਹੈ ਜੀ ਜੇ ਬੱਚਾ ਖੁਦ ਐਕਸਪਲੋਰ ਨਹੀਂ ਕਰੇਗਾ ਖੁਦ ਗਲਤੀਆਂ ਨਹੀਂ ਕਰੇਗਾ ਹਾਊ ਹੀ অর ਸ਼ੀ ਇਸ ਗੋਇੰਗ ਟੂ ਗਰੋ ਜੀ ਇਹਨਾਂ ਦੇ ਵਿੱਚ ਮੈਂ ਨਾ ਐਗਜ਼ਾਮਪਲ ਲੈਣਾ ਉਹਨਾਂ ਕਿ ਸਾਡੇ ਪੰਜਾਬ ਕੋਲ ਤਾਂ ਮਤਲਬ ਮੈਨੂੰ ਦੁਨੀਆ ਦਾ ਨਹੀਂ ਪਤਾ ਪਰ ਘੱਟੋ ਘੱਟ ਪੰਜਾਬ ਨੂੰ ਤਾਂ ਆ ਗਲਤੀ ਬਿਲਕੁਲ ਨਹੀਂ ਕਰਨੀ ਚਾਹੀਦੀ ਕਿਉਂਕਿ ਅਸੀਂ ਕਿੰਨੇ ਹਿਪੋਕ੍ਰੀਟਸ ਆ ਅਸੀਂ ਕਿੰਨੇ ਧੋਗਲੇ ਆ ਅਸੀਂ ਬੱਚੇ ਨੂੰ ਹਰ ਵੇਲੇ ਕਹਿ ਰਹੇ ਹਾਂ ਕਿ ਬੱਚੇ ਤੇਰੇ ਰੋਲ ਮਾਡਲ ਹੈ ਗੁਰਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦੇ ਹਮ ਅਸੀਂ ਬੱਚੇ ਨੂੰ ਕਹਿ ਰਹੇ ਹਾਂ ਬੱਚੇ ਤੇਰੇ ਰੋਲ ਮਾਡਲ ਹੈ ਸ਼ਹੀਦ ਭਗਤ ਸਿੰਘ 7 ਸਾਲ ਦੇ ਬਾਬਾ ਫਤਿਹ ਸਿੰਘ ਜੀ ਨੂੰ ਅਸੀਂ ਉਹਦਾ ਰੋਲ ਮਾਡਲ ਬਣਾ ਰਹੇ ਹਾਂ ਕਿ ਬੁੱਤਰ ਤੁਸੀਂ ਬਾਬਾ ਫਤਿਹ ਸਿੰਘ ਜੀ ਵਰਗੇ ਬਣਨਾ ਹੈ ਤੇ ਬਾਬਾ ਫਤਿਹ ਸਿੰਘ ਜੀ ਨੂੰ 7 ਸਾਲ ਦੀ ਉਮਰ ਚ ਤਿੰਨ ਭਾਸ਼ਾਵਾਂ ਆਉਂਦੀਆਂ ਸੀ ਸ਼ਸਤਰ ਵਿਦਿਆ ਆਉਂਦੀ ਸੀ ਉਹ ਔਰੰਗਜ਼ੇਬ ਦੇ ਸੂਬੇਦਾਰ ਦੇ ਉਸ ਵੇਲੇ ਦੇ ਚੀਫ ਮਨਿਸਟਰ ਵਜ਼ੀਰ ਖਾਨ ਦੀ ਕਚਹਿਰੀ ਦੇ ਵਿੱਚ ਖੜ ਕੇ ਕੋਰਟ ਦੇ ਵਿੱਚ ਖੜ ਕੇ ਡਿਬੇਟ ਕਰ ਰਹੇ ਸੀ ਐਟ ਦਾ ਏਜ ਆਫ 7 ਉਹ ਕਿਉਂ ਹੋਇਆ ਕਿਉਂਕਿ ਗੁਰਗੋਬਿੰਦ ਸਿੰਘ ਜੀ ਨੇ ਉਹਨਾਂ ਨੂੰ ਉਹ ਸਪੇਸ ਦਿੱਤੀ ਉਹਨਾਂ ਨੂੰ ਸਿਖਾਇਆ ਉਹਨਾਂ ਦੀ ਤਿਆਰੀ ਕਰਾਈ ਕਿ ਬੱਚੇ ਜ਼ਿੰਦਗੀ ਦੇ ਵਿੱਚ ਕੁਝ ਵੀ ਹੋ ਸਕਦਾ ਹੈ ਗੈਟ ਰੈਡੀ ਸਿੱਖੋ ਗਲਤੀਆਂ ਕਰੋ ਅਸੀਂ ਅਸੀਂ ਬਾਬਾ ਜਦ ਅਸੀਂ ਮੈਂ ਐਗਜ਼ਾਮਪਲ ਸੋਚਦਾ ਹਾਂ ਨਾ ਕਿ ਜਦ ਅਸੀਂ ਚਾਰ ਸਾਹਿਬ ਜੀ ਦਾ ਐਗਜ਼ਾਮਪਲ ਦਿੰਨੇ ਆ ਨਾ ਅਸੀਂ ਬਾਬਾਜੀਤ ਸਿੰਘ ਜੀ ਨੂੰ ਬਹੁਤ ਵੱਡਾ ਕਹਿ ਦਿੰਨੇ ਆ ਕਿ ਉਹ ਵੱਡੇ ਸੀ ਉਹ ਜੰਗ ਲੜ ਗਏ ਇਮੇਜਿਨ ਕਰੋ ਸੋਚ ਕੇ ਦੇਖੋ ਬਾਬਾ ਅਜੀਤ ਸਿੰਘ ਜੀ ਸਿਰਫ 17 ਸਾਲ ਦੇ ਸੀ 17 ਸਾਲ ਦੀ ਉਮਰ ਦੇ ਵਿੱਚ ਅਸੀਂ ਉਹਨਾਂ ਨੂੰ ਸੋਚ ਰਹੇ ਆ ਵੀ ਉਹ ਬਹੁਤ ਵੱਡੇ ਸੀ ਤੇ ਅੱਜ ਦਾ 17 ਸਾਲ ਦਾ ਬੱਚਾ ਦੇਖ ਲਓ ਅਸੀਂ 17 ਸਾਲ ਦੇ ਬੱਚੇ ਨੂੰ ਕਹਿੰਨੇ ਆ ਪੁੱਤ ਤੂੰ ਘਰੋਂ ਨਹੀਂ ਨਿਕਲਣਾ ਬਾਹਰ ਠੰਡ ਬੜੀ ਪੈ ਰਹੀ ਹੈ ਸੋ ਵੀ ਆਰ ਵੀ ਆਰ ਪਲੇਇੰਗ ਲਾਈਕ ਟੋਟਲ ਹਿਪੋਕ੍ਰੇਟਸ ਜਿਆਦਾ ਸੀ ਐਗਜ਼ਾਮਪਲ ਦਿੰਨੇ ਆ ਬਾਬਾ ਫਤਿਹ ਸਿੰਘ ਜੀ ਦੀ ਐਗਜ਼ਾਮਪਲ ਦਿੰਨੇ ਆ ਅਸ਼ੀਦ ਭਗਤ ਸਿੰਘ ਦੀ ਤੇ ਦੂਜੇ ਪਾਸੇ ਬੱਚਿਆਂ ਨੂੰ ਕਹਿੰਨੇ ਹੋ ਘਰੋਂ ਬਾਹਰ ਨਹੀਂ ਨਿਕਲਣਾ ਤੇਰੇ ਸੱਟ ਲੱਗ ਜਾਏਗੀ ਤੂੰ ਬਾਹਰ ਨਹੀਂ ਜਾਣਾ ਤੈਨੂੰ ਕੁਝ ਹੋ ਜਾਊਗਾ ਤੂੰ ਲੋਕਾਂ ਦੀਆਂ ਗੱਲਾਂ ਚ ਨਾ ਆ ਜਾਈ ਤੈਨੂੰ ਤਾਂ ਕੋਈ ਚੱਕ ਕੇ ਨਾ ਲੈ ਜਾਏ ਮਤਲਬ ਅਸੀਂ 20-20 ਸਾਲ ਤੱਕ ਬੱਚਿਆਂ ਨੂੰ ਇਹ ਕਹੀ ਜਾਂਦੇ ਹਾਂ ਤੂੰ ਦੁਕਾਨ ਦੇ ਗੱਲੇ ਤੇ ਨਹੀਂ ਬਹਿਣਾ ਤੂੰ ਦੁਕਾਨ ਨਹੀਂ ਸੰਭਣੀ ਤੈਨੂੰ ਕੋਈ ਪਾਗਲ ਬਣਾ ਦੇਗਾ ਤੂੰ ਇੰਟਰਨਸ਼ਿਪ ਕਰਨ ਨਹੀਂ ਜਾਣਾ ਤੋ ਕੁਝ ਸਿੱਖਣਾ ਨਹੀਂ ਹੈ ਕਿਉਂਕਿ ਪਹਿਲੇ ਪੜ੍ਹਾਈ ਕਰ ਲੈ ਪਹਿਲੇ ਪਲੱਸ 2 ਕਰ ਲੈ ਉਹਨੂੰ ਨਾਲ ਦੇ ਨਾਲ ਤਿਆਰੀ ਹੀ ਨਹੀਂ ਕਰਾ ਰਹੇ ਆ ਫਿਰ ਜਦ ਲਾਈਫ ਹਿੱਟ ਕਰਦੀ ਹੈ ਜਦ ਸੱਡਨਲੀ 12th ਗ੍ਰੇਡ ਤੋਂ ਬਾਅਦ ਲਾਈਫ ਹਿੱਟ ਕਰਦੀ ਹੈ ਫਿਰ ਉਹ ਰੈਡੀ ਨਹੀਂ ਹੁੰਦਾ ਹੂੰ ਆ ਪਹਿਲੇ ਤਿਆਰੀ ਨਹੀਂ ਕਰਾਈ ਹੁੰਦੀ ਤੇ ਇੱਕ ਪ੍ਰੋਬਲਮ ਹਰ ਇੱਕ ਇਸ ਚੀਜ਼ ਸੇ ਅਫੈਕਟ ਕਰ ਦਿਆ ਬਿਲਕੁਲ ਬੰਦਾ ਮੈਂਟਲੀ ਗਰੋ ਨਹੀਂ ਹੋ ਰਿਹਾ ਇੱਕ ਤਰੀਕਾ ਉਹ ਆਪਣੇ ਆਪ ਨੂੰ ਨਹੀਂ ਪ੍ਰੋਟੈਕਟ ਕਰ ਰਿਹਾ ਉਹ ਆਪਣੇ ਆਪ ਤੇ ਨਹੀਂ ਉਹ ਗੱਲਾਂ ਲਾਗੂ ਕਰ ਰਿਹਾ ਫਿਰ ਉਹ ਬੰਦਾ ਰਿਲੇਸ਼ਨਸ਼ਿਪ ਚ ਆਂਦਾ ਹੈ ਰਿਲੇਸ਼ਨਸ਼ਿਪ ਚ ਪ੍ਰੋਬਲਮਸ ਹੁੰਦੀ ਹੈ ਉਹ ਫੈਮਿਲੀ ਕ੍ਰੀਏਟ ਕਰਨੀ ਹੈ ਫੈਮਿਲੀ ਵਿੱਚ ਵੀ ਤੁਸੀਂ ਉਹੀ ਚੀਜ਼ ਆਪਣੇ ਬੱਚੇ ਨੂੰ ਦੱਸੋਗੇ ਬਿਲਕੁਲ ਦੈਟਸ ਵਾਈ ਪੇਰੈਂਟਸ ਸੇ ਕਿ ਹਾਂ ਜੋ ਮੈਂ ਗਲਤੀਆਂ ਕੀਤੀਆਂ ਕਿ ਤੂੰ ਨੇ ਕਰਨਾ ਗਲਤੀ ਨੂੰ ਸਪੈਰੈਂਟਸ ਤੋਂ ਕਰੋਗੇ ਬਿਕੋਜ਼ ਤੁਹਾਨੂੰ ਤੁਹਾਡੇ ਪੈਰੈਂਟਸ ਨੇ ਕੁਝ ਸਿਖਾਇਆ ਨਹੀਂ ਉਹਨਾਂ ਨੂੰ ਕੋਈ ਸਪੇਸ ਨਹੀਂ ਦਿੱਤੀ ਪਰ ਤੁਸੀਂ ਠੋਕਰਾਂ ਖਾ ਰਹੇ ਹੋ ਉਹੀ ਗੱਲ ਹੈ ਨਾ ਕਿ ਅਸੀਂ ਅਸੀਂ ਬੱਚਿਆਂ ਨੂੰ ਆਪਣੇ ਬੈਗੇਜ ਦੇ ਥਰੂ ਦੇਖਦੇ ਹਾਂ ਅਸੀਂ ਇਹ ਨਹੀਂ ਦੇਖਦੇ ਕਿ ਉਹ ਇੱਕ ਅਲੱਗ ਹਿਊਮਨ ਬੀਇੰਗ ਹੈ ਉਹਦੇ ਅਲੱਗ ਐਕਸਪੀਰੀਐਂਸਿਸ ਹੋਣੇ ਐਂਡ ਹੁਣ ਤੱਕ ਖਾਸ ਤੌਰ ਤੇ ਅਸੀਂ ਜਦ ਆਪਣੀ ਲਾਈਫ ਦੇ ਨਾਲ ਇਹ ਸਾਡੇ ਨਾਲ ਵੀ ਹੋਣ ਵਾਲਾ ਹੈ ਸਾਡੀਆਂ ਜ਼ਿੰਦਗੀਆਂ 'ਚ ਵੀ ਇਫ ਆਈ ਏਮ ਆਲਮੋਸਟ 30 ਨਾਊ ਮੇਰੀ ਜ਼ਿੰਦਗੀ ਦੇ ਵਿੱਚ ਵੀ ਇਹ ਹੋਣ ਵਾਲਾ ਹੈ ਮੈਨੂੰ ਪਤਾ ਹੈ ਕਿ ਜੇ ਮੈਂ ਆਪਣੀ हिसाब ਦੇ ਨਾਲ ਬੱਚੇ ਦੀ ਜ਼ਿੰਦਗੀ ਸੋਚਣ ਲੱਗੂਗਾ ਯਾ ਟੈਕਨੋਲੋਜੀ ਬਦਲ ਗਈ ਹਰ 2 ਦੋ ਸਾਲ ਬਾਅਦ ਟੈਕਨੋਲੋਜੀ ਬਦਲ ਜਾਂਦੀ ਹੈ ਹਰ ਹੁਣ ਤਾਂ ਪਹਿਲੇ ਜਨਰੇਸ਼ਨ ਗੈਪ ਹੁੰਦਾ ਸੀ 10 15 ਸਾਲ ਬਾਅਦ ਕਿ ਮੇਰਾ ਤੇ ਮੇਰੇ 10 15 ਸਾਲ ਛੋਟੇ ਦਾ ਜਨਰੇਸ਼ਨ ਗੈਪ ਹੈ ਹੁਣ ਤਾਂ ਜਨਰੇਸ਼ਨ ਗੈਪ 2 2 ਸਾਲ ਬਾਅਦ ਹੈ ਆਈ ਕੈਨੋਟ ਰਿਲੇਟ ਟੂ ਸਮਨ ਹੂਜ਼ 24 ਟੁਡੇ ਆਈ ਜਸਟ ਕੈਨੋਟ ਮੈਂ ਰਿਲੇਟ ਹੀ ਨਹੀਂ ਕਰ ਸਕਦਾ ਕਿਉਂਕਿ ਉਹਦੀ ਦੁਨੀਆ ਮੇਰੇ ਤੋਂ ਇੰਨੀ ਜ਼ਿਆਦਾ ਅਲੱਗ ਹੈ ਉਹਨੂੰ ਅਸੀਂ ਜਨ ਜ਼ੀ ਕਹ ਰਹੇ ਹਾਂ ਹੁਣ ਪਤਾ ਨਹੀਂ ਅਸੀਂ ਕੀ ਕੀ ਨਾਮ ਰੱਖਣੇ ਆ ਅਸੀਂ ਰਿਲੇਟ ਨਹੀਂ ਕਰ ਪਾਉਂਦੇ ਅਸੀਂ ਆਪਣੇ ਐਕਸਪੀਰੀਅੰਸ ਦੇ ਹਿਸਾਬ ਨਾਲ ਉਹਨਾਂ ਨੂੰ ਸਲਾਹ ਵੀ ਨਹੀਂ ਦੇ ਸਕਦੇ ਹੁਣ ਤਾਂ ਕਿਉਂਕਿ ਉਹਨਾਂ ਦੀ ਦੁਨੀਆ ਬਿਲਕੁਲ ਅਲੱਗ ਹੈ ਤਾਂ 올 ਵੀ ਕੈਨ ਡੋ ਇਜ਼ ਯੰਗਸਟਰਸ ਨੂੰ ਸਪੇਸ ਦਈਏ ਜਿੱਥੇ ਉਹ ਸਹੀ ਗਲਤ ਸਮ ਸਮਝ ਕੇ ਤੁਹਾਡੇ ਤੋਂ ਵਿਜ਼ਡਮ ਲੈਣ ਆਪਿਆਂ ਅਸੀਂ ਉਹਨਾਂ ਨੂੰ ਸਪੇਸ ਦਈਏ ਅਸੀਂ ਉਹਨਾਂ ਨੂੰ ਸਪੇਸ ਦਿੰਦੇ ਨਹੀਂ ਸਲਾਹ ਦਿੰਨੇ ਰਹਨੇ ਆ ਬੱਚਾ ਲੱਗਦਾ ਐਵੇਂ ਮੇਰੇ ਸਿਰ ਤੇ ਸਲਾਹ ਦੇ ਜਾਂਦੇ ਮੇਰਾ ਲੋਡ ਕੀ ਹੈ ਮੈਨੂੰ ਮੈਨੂੰ ਕੁਝ ਕਰਨ ਤਾਂ ਦਿਓ ਹਰ ਵੇਲੇ ਸਲਾਹਾਂ ਦੇ ਹੀ ਜਾਂਦੇ ਹੋ ਬੱਚੇ ਇਰੀਟੇਟ ਹੁੰਦੇ ਆ ਜੀ ਬੱਚੇ ਨਹੀਂ ਮੈਂ ਯੰਗਸਟਰ ਵੀ ਗੱਲ ਮਤਲਬ 20 25 ਸਾਲ ਦਾ ਨੌਜਵਾਨ ਵੀ ਅੱਜ ਇਰੀਟੇਟਡ ਹੈ ਕਿ ਉਹਨੂੰ ਸਾਰੀ ਦੁਨੀਆ ਸਲਾਹ ਦੇ ਹੀ ਜਾਂਦੀ ਹੈ ਉਹਨੂੰ ਕਰਨ ਕੁਝ ਦੇ ਨਹੀਂ ਰਹੀ ਹੂੰ ਸੋ that is the problem ਐਸੇ ਲਈ ਹੀ ਸਾਡੇ ਯੂਥ ਦੀ ਜਿਹੜੀ ਇਨਵੋਲਵਮੈਂਟ ਹੈ ਪੋਲਿਟਿਕਸ ਦੇ ਵਿੱਚ ਡਿਸੀਜਨ 메ਕਿੰਗ ਪ੍ਰੋਸੈਸ ਦੇ ਵਿੱਚ ਵਰਲਡ ਇਕਨੋਮਿਕਸ ਦੇ ਵਿੱਚ ਦ ਵਰਲਡ ਇਕਨੋਮੀ ਇਫ ਆਈ ਸੀ ਤਾਂ ਅਸੀਂ ਸਭ ਤੋਂ ਛੋਟਾ ਮਾਰਕਜ਼ਕ ਬਗ ਨੂੰ ਮੰਨਦੇ ਹੁੰਦੇ ਸੀ ਕਿ ਯਾਰ ਬਹੁਤ ਨਿੱਕੀ ਉਮਰ 'ਚ ਬੜਾ ਕੁਝ ਕਰ ਲਿਆ ਹੈ ਨਾ ਕੋਈ ਵਨ ਆਫ ਦਾ ਰੇਅਰ ਆਊਟ ਆਫ ਦਾ ਬਲੋ ਕੋਈ 30 ਸਾਲ ਤੋਂ ਘੱਟ ਆ ਜਾਂਦਾ ਸੀ ਹੁਣ ਸਟਾਰਟਅਪ ਕਲਚਰ ਕਰਕੇ ਤੁਹਾਨੂੰ ਨਾਮ ਜ਼ਿਆਦਾ ਦਿਖਣੇ ਸ਼ੁਰੂ ਹੋ ਗਏ ਬਟ ਅੱਜ ਵੀ ਜੋ ਡਿਸੀਜਨ ਮੇਕਿੰਗ ਹੈ ਉਹ ਅੱਜ ਵੀ ਅਸੀਂ ਇਹੀ ਦੇਖ ਰਹੇ ਹਾਂ ਕਿ ਅਬੋਵ 40 ਹੈ ਤੇ ਜੇ ਮੈਂ ਇੰਡੀਆ ਵਰਗੇ ਦੇਸ਼ ਦੀ ਗੱਲ ਕਰਾਂ ਸਾਡੀ ਮੋਰ ਥੈਨ 50% ਪੋਪੂਲੇਸ਼ਨ 30 ਸਾਲ ਤੋਂ ਥੱਲੇ ਵਾਲਿਆਂ ਦੀ ਹੈ ਵੇਰ ਦਾ ਯੰਗੇਸਟ ਕੰਟਰੀ ਤੇ ਉਹ 50% ਆਬਾਦੀ ਨੂੰ ਅਸੀਂ ਆਪਣੇ ਡਿਸੀਜਨ 메ਕਿੰਗ ਚ ਨਹੀਂ ਲੈ ਆ ਰਹੇ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਉਹਨੂੰ ਉਹ ਸਪੇਸ ਹੀ ਨਹੀਂ ਹੈ ਉਹਨੂੰ ਸਿਆਣਾ ਹੀ ਨਹੀਂ ਸਮਝਿਆ ਜਾ ਰਿਹਾ ਸੋ that problem comes from not giving the space ਐਂਡ ਜਦ ਤੱਕ ਨਹੀਂ ਦਵਾਂਗੇ ਉਦੋਂ ਤੱਕ this is not going to be sorted ਫਿਰ ਅਗਲੀਆਂ ਜਨਰੇਸ਼ਨਸ ਤੇ ਪਾਸ ਔਨ ਹੁੰਦਾ ਰਹੇਗਾ ਹੈਂਸ ਵੀ ਸੇ that trauma passes on ਐਵੀ ਐਵੀ ਪਾਸ ਔਨ ਹੁੰਦੀ ਹੈ ਬ੍ਰੇਨ ਦੀ ਡਿਵੈਲਪਮੈਂਟ ਘਟ ਜਾਏਗੀ ਇਹ ਪਹਿਲਾਂ ਨਹੀਂ ਸੀ ਇਹ ਹੁਣ ਪਿਛਲੇ 50 60 ਸਾਲ ਤੋਂ ਬਾਅਦ ਕਿਉਂਕਿ 50 ਪਿਛਲੇ ਜਾਦੀ ਡੈਮੋਕਰacies ਬਿਲਡ ਹੋਈਆਂ ਉਸ ਤੋਂ ਬਾਅਦ ਹੋਇਆ ਆਰਗਨਾਈਜ਼ੇਸ਼ਨ ਕਰਕੇ ਪੋਪੂਲੇਸ਼ਨ ਕੰਟਰੋਲ ਕਰਕੇ ਬੱਚੇ ਘਟ ਗਏ ਇੱਕ ਇੱਕ ਬੱਚਾ ਹਰ ਪਰਿਵਾਰ ਦੇ ਵਿੱਚ ਉਹਨੂੰ ਅਸੀਂ ਓਵਰ ਪ੍ਰੋਟੈਕਟਿਵ ਹੋ ਗਏ ਸਾਡੇ ਇਮੋਸ਼ਨ ਜੁੜ ਗਏ ਇਹ ਹੁਣ ਹੋਇਆ ਪਹਿਲਾਂ ਇਦਾਂ ਨਹੀਂ ਸੀ ਪਹਿਲਾਂ ਬੱਚਿਆਂ ਨੂੰ ਸਪੇਸ ਜੇ ਮੈਂ ਗੁਰੂ ਪਾਤਸ਼ਾਹ ਦੀ ਐਗਜ਼ਾਮਪਲ ਦਿੱਤੀ ਹੈ ਤੇ ਗੁਰੂ ਗੋਬਿੰਦ ਸਿੰਘ ਜੀ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਜਿਹਦੇ ਵੀ ਬੱਚੇ ਬਹੁਤ ਛੋਟੇ ਸੀ ਇਹ ਇਹ ਹਮੇਸ਼ਾ ਹੀ ਐਗਜ਼ਾਮਪਲ ਇਦਾਂ ਹੀ ਦਿੱਤੇ ਜਾਂਦੇ ਸੀ ਕਿ ਪਹਿਲਾਂ ਬੱਚਿਆਂ ਨੂੰ ਤਿਆਰ ਕੀਤਾ ਜਾਂਦਾ ਸੀ ਇਹ ਹੁਣ ਪਿਛਲੇ 100 ਸਾਲ ਤੋਂ ਅਸੀਂ ਘਟਾਇਆ ਹੈ ਵੀ ਹੈਵ ਬਿਕਮ ਟੂ ਪ੍ਰੋਟੈਕਟਿਵ ਐਂਡ ਨਾਟ ਪ੍ਰੋਟੈਕਟਿਵ ਬਿਕਾਜ਼ ਆਫ देयर ਬੈਨੀਫਿਟ ਅਸੀਂ ਪ੍ਰੋਟੈਕਟਿਵ ਐਕਚੁਅਲੀ ਆਪਣੇ ਬੈਨੀਫਿਟ ਕਰਕੇ ਹੋ ਰਹੇ ਹਾਂ ਬਿਕਾਜ਼ ਅਸੀਂ ਕੈਪੀਟਲਿਸਟ ਸੋਸਾਇਟੀ ਚ ਜੀਂਦੇ ਹੋਏ ਸਨ ਲੱਗ ਰਿਹਾ ਕਿ ਐਨੇ ਕਾਲ ਨੂੰ ਮੇਰੇ ਲਈ ਜੋੜਨਾ ਹੈ ਇਹ ਆਪ ਕਮਾਏਗਾ ਜਾਂ ਮੇਰੇ ਲਈ ਜੋੜੇਗਾ ਆਪਣੇ ਲਈ ਜੋੜੇਗਾ ਨੀਤਾ ਇਹਦਾ ਕੁਝ ਨਹੀਂ ਬਣਨਾ ਐ ਵੀ ਰੁੱਲ ਜਾਏਗਾ ਅਸੀਂ ਵੀ ਰੁੱਲ ਜਾਾਂਗੇ ਤੁਸੀਂ ਬਹੁਤ ਹੀ ਸਹੀ ਗੱਲ ਕਹੀ ਹੈ ਬਿਕਾਜ਼ ਦਿਸ ਇਜ਼ ਐਨ ਦਿਸ ਇਜ਼ ਅ ਇਸ਼ੂ ਇਨ ਆਰ ਸੋਸਾਇਟੀ ਇਨ ਆਰ ਕਲਚਰ ਤੁਸੀਂ ਬਲੀਵ ਨਹੀਂ ਕਰੋਗੇ ਯੂ نو ਇਵਨ ਬਿਫੋਰ ਯੂ نو ਸਿਊਣ ਗਲਕਾਰ ਸੇ ਹਾਊ ਆ ਮੈਟ ਮਾਈ ਹਸਬੈਂਡ ਇਵਨ ਬਿਫੋਰ ਮੀਟਿੰਗ ਮਾਈ ਹਸਬੈਂਡ ਯੂ نو ਆ ਰੀਅਲਾਈਜ਼ਡ ਕਿ ਮੈਨੂੰ ਖੁਦ ਨੂੰ ਆਪਣੇ ਆਪ ਤੇ ਖੜਾ ਹੋਣਾ ਪਾਏਗਾ ਸੋ ਦੈਟ ਆਮ ਨਾਟ ਡਿਪੈਂਡੈਂਟ ਨਾਇਦਰ ਔਨ ਮਾਈ ਫਾਦਰ ਔਨ ਮਾਈ ਹਸਬੈਂਡ ਔਰ ਮਾਈ ਫਿਊਚਰ ਕਿਡਸ ਐਗਜ਼ੈਕਟਲੀ ਅਸੀਂ ਮੈਂ ਆਪਣੇ ਬੈਨੀਫਿਟ ਵਾਸਤੇ ਆਲੇ ਯੂ نو ਵਾਈ ਐਮ ਆਈ ਗੋਇੰਗ ਟੂ ਲਾਈਕ ਯੂ نو ਰੂਇਨ ਸਮ ਸਮ ਅਦਰ ਪੀਪਲਸ ਲਾਈਵਸ ਯਾ ਆਈ ਥਿੰਕ ਦੈਟਸ ਸੈਲਫਿਸ਼ ਮੇਰੇ 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 ਜੇ ਜ਼ੈਂਚ ਕੋ ਤਾਂ ਮੇਰੇ ਵਾਸਤੇ ਇੱਕ ਤਰ੍ਹਾਂ ਦਾ ਸੈਲਫਿਸ਼ ਆ ਜਾਂਦੇ ਆ ਇੱਕ ਦੂਸਰੀ ਗੱਲ ਹੈ ਕਿ ਜੇ ਤੁਸੀਂ ਖੁਦ ਆਪਣੇ ਆਪ ਤੇ ਯੂ نو ਕੌਨਫੀਡੈਂਸ ਰੱਖੋਗੇ ਆਪਣੇ ਆਪ ਤੇ ਆਪਣੇ ਆਪ ਤੇ ਡਿਪੈਂਡ ਹੋਵੋਗੇ ਤੁਹਾਨੂੰ ਕਿਸੇ ਹੋਰ ਤੇ ਡਿਪੈਂਡ ਹੋਣ ਦੀ ਲੋੜ ਨਹੀਂ ਹੈਗੀ ਤੁਹਾਨੂੰ ਖੁਦ ਸੈਲਫ ਕੌਨਫੀਡੈਂਸ ਆਏਗਾ ਬਿਲਕੁਲ ਹੁਣ ਅਸੀਂ ਯੂਥ ਦੀ ਗੱਲਾਂ ਕਰ ਲਈਆਂ ਕਿ ਯੂਥ ਕੀ ਫੇਸ ਕਰ ਰਿਹਾ ਆ ਆਈ ਵਾਂਟ ਟੂ ਨੋ ਕਿ ਤੁਹਾਡਾ ਬ੍ਰੇਕਿੰਗ ਪੁਆਇੰਟ ਕੀ ਸੀਗਾ ਜਿੱਦ ਤੁਸੀਂ ਰੀਅਲਾਈਜ਼ ਕੀਤਾ ਕਿ ਮੇਰੀ ਸੈਲਫ ਪੋਟੈਂਸ਼ੀਅਲ ਕੀ ਆ ਕਿ ਮੈਂ ਇਸ ਤੋਂ ਵੀ ਵੱਧ ਕਰ ਸਕਦਾ ਮੈਨੂਅਲ ਆਦਾ ਕਿ ਮੇਰੀ ਜਰਨੀ ਵੀ ਨਾ ਜੋ ਹਰ ਬੱਚੇ ਦੀ ਹੈ ਮੈਂ ਹਮੇਸ਼ਾ ਕਹਿੰਦਾ ਹਾਂ ਨਾ ਕਿ ਸਟਰਗਲ ਕਿਸੇ ਦਾ ਐਕਸਕਲੂਸਿਵ ਨਹੀਂ ਹੈ ਮੇਰੇ ਕੋਈ ਐਕਸਟਰਾਰਡਨਰੀ ਜਰਨੀ ਨਹੀਂ ਹੈ ਕਿਉਂਕਿ ਦੁਨੀਆ ਦੇ ਹਰ ਯੰਗਸਟਰ ਦੀ ਕਹਾਣੀ ਹੈ ਮੇਰੀ ਵੀ ਉਹੀ ਕਹਾਣੀ ਹੈ ਮੇਰੀ ਆਪਣੀ ਕੋਈ ਕਹਾਣੀ ਨਹੀਂ ਹੈ ਸਾਰਿਆਂ ਦੇ ਕਿੱਸੇ ਆ ਜੋ ਮੇਰਾ ਆਪਣਾ ਬਣ ਗਿਆ ਮੇਰੀ ਜ਼ਿੰਦਗੀ ਨਾਲ ਵੀ ਇਦਾਂ ਹੀ ਹੋਇਆ ਕਿ ਵਨ ਆਈ ਵਾਸ ਗਰੋਇੰਗ ਅਪ ਤਾਂ ਮੈਂ ਨਾ ਦੋ ਤਿੰਨ ਚੀਜ਼ਾਂ ਤੋਂ ਬਹੁਤ ਤੰਗ ਸੀ ਲਾਈਕ ਆਈ ਕੇਮ I ਕਮ ਫਰੋਮ ਅ ਵੈਰੀ ਹੈਵੀ ਰਿਲੀਜੀਅਸਲੀ ਐਕਟਿਵ ਫੈਮਿਲੀ ਤਾਂ ਬਚਪਨ ਤੋਂ ਹੀ ਨਾ ਗੁਰਦੁਆਰੇ ਦੇ ਆਸ-ਪਾਸ ਕੀਰਤਨ ਸਰਕਲ ਦੇ ਵਿੱਚ ਜਾਂ ਐਨ ਜੀਓਜ਼ ਦੇ ਵਿੱਚ ਬਹੁਤ ਇਨਵੋਲਡ ਰਹਾ ਐਂਡ ਮਾਈ ਪੇਰੈਂਟਸ ਹੈਵ ਬੀਨ ਵੈਰੀ ਸਪੋਰਟਿਵ ਮੇਰੇ ਮਮਾ ਪਾਪਾ ਨੇ ਪਹਿਲੇ ਦਿਨ ਤੋਂ ਹੀ ਮੈਨੂੰ ਬਹੁਤ ਉਹ স্পেস ਦਿੱਤੀ ਐਂਡ ਹਮੇਸ਼ਾ ਤੋਂ ਤੋਰਿਆ ਕਿ ਗੌਰਵ ਐ ਵੀ ਕਰ ਗੌਰਵ ਉਹ ਵੀ ਕਰ ਕਿਤੇ ਪੌਦੇ ਲਾਣ ਜਾਣਾ ਜਾਂ ਤੂੰ ਨਾਲ ਜਾਓ ਐਸੇ ਐਸੋ ਸੰਜੀਓ ਦੇ ਨਾਲ ਜਾ ਐਸ ਐਨਜੀਓ ਦੇ ਨਾਲ ਜਾ ਇਹ ਕਰ ਉਹ ਕਰ ਸੋ ਆਈ ਵਾਸ ਇਨ ਟੂ ਮੈਨੀ ਨੋਟ ਪ੍ਰੋਫਿਟ ਪ੍ਰੋਫਿਟ ਆਰਗੇਨਾਈਜੇਸ਼ਨਸ ਗੁਰਦੁਆਰਾ ਕਮੇਟੀਆਂ ਮੈਂ ਸਾਰਿਆਂ ਚ ਨਿੱਕੇ ਹੁੰਦੇ ਤੋਂ ਇਨਵੋਲ ਰਿਆ ਹੈਂਸ ਆਈ ਬੀ ਕੇਮ ਅ ਗੁੱਡ ਡੋਰੇਟਰ ਬਿਕਾਜ਼ ਨਿੱਕੇ ਹੁੰਦੇ ਤੋਂ 2 2.5 ਸਾਲ ਦੀ ਉਮਰ ਤੋਂ ਮੈਨੂੰ ਸਟੇਜ ਤੇ ਚੜਾਤਾ ਕਿ ਜਾਓ ਗੱਲਾਂ ਕਰੋ ਯੰਗਸਟਰਸ ਨਾਲ ਜਾਓ ਵਿਚਾਰਾਂ ਕਰੋ ਅਰਦਾਸ ਕਰੋ ਕੀਰਤਨ ਕਰੋ ਤਾਂ ਉਹਦੇ ਚ ਇਨਵੋਲ ਰਿਆ ਔਨ ਦੀ ਅਦਰ ਹੈਂਡ ਵੈਨ ਆਈ ਵਾਸ ਗਰੋਇੰਗ ਅਪ ਤਾਂ ਘਰ ਚ ਫਾਈਨੈਂਸ਼ੀਅਲ ਸਟਰਗਲਸ ਬਹੁਤ ਜ਼ਿਆਦਾ ਸੀਗੀਆਂ ਘਰ ਚ ਪੈਸੇ ਦੀ ਬਹੁਤ ਤੰਗੀ ਸੀ ਵੀ ਵਰ ਇਨ ਏ ਹੈਵੀ ਡੈਟ ਤੇ ਜਦ ਮੈਂ ਸਕੂਲ ਚ ਪੜ ਰਿਹਾ ਸੀ ਤਾਂ ਮੇਰੇ ਨਾਲ ਵੀ ਉਦਾਂ ਹੀ ਸੀ ਕਿ ਸਾਰੇ ਕਹਿੰਦੇ ਸੀ ਕਿ ਮੈਂ ਛੋਟੇ ਹੁੰਦੇ ਮੈਨੂੰ ਯਾਦ ਹੈ ਕਿ ਮੈਂ ਨਾ ਸਪੇਸਸ਼ਿਪ ਇੰਜੀਨੀਅਰ ਬਣਨਾ ਚਾਹੁੰਦਾ ਸੀ ਆਈ ਵਾਂਟਡ ਟੂ ਬੀ ਏ ਸਪੇਸਸ਼ਿਪ ਇੰਜੀਨੀਅਰ ਬਿਕਾਜ਼ ਉਸ ਸਾਲ ਉਹ ਇੱਕ ਮੂਵੀ ਆਈ ਸੀ ਇੰਡੀਆ ਚ ਕੋਈ ਮਿਲ ਗਿਆ ਉਹਦੇ ਚੋ ਐਲੀਅਨ ਉਤਰਿਆ ਮੈਂ ਕਿਹਾ ਮਮਾ ਮੈਂ ਹੀ ਬਣਾਉਂਗਾ ਤਾਂ ਜਸ ਵਿੰਟਰਮਨ ਮਮਾ ਨੇ ਕਿਹਾ ਓਕੇ ਜ਼ਰੂਰ ਬਣਾਈ ਐਨ ਨਾਲੇ ਮਮਾ ਨੇ ਕਿਹਾ ਕਿ ਮੇਰੇ ਮਾਸੇ ਨੂੰ ਕਿਹਾ ਕਿ ਹਲੇ ਛੋਟਾ ਹੈ ਨਾ ਇਹਨੂੰ ਪਤਾ ਨਹੀਂ ਵੀ ਕਿਦਾਂ ਦੇ ਸੁਪਨੇ ਹੁੰਦੇ ਆ ਕਿਦਾਂ ਦੇ ਨਹੀਂ ਹੁੰਦੇ ਆ ਵਾਸ ਇਨ ਫਰਸਟ ਗ੍ਰੇਡ ਉਸ ਦਿਨ ਉਸ ਫਰਸਟ ਕਲਾਸ ਦੇ ਬੱਚੇ ਨੂੰ ਲੱਗਿਆ ਕਿ ਮੈਂ ਸ਼ਾਇਦ ਕੋਈ ਕਾਫੀ ਇੰਪੋਸੀਬਲ ਜੀ ਗੱਲ ਕੀਤੀ ਹੈ ਵੀ ਮਮਾ ਨੇ ਐਦਾਂ ਕਿਉਂ ਰਿਐਕਟ ਕੀਤਾ ਹੁਣ ਮਾਂ ਨੂੰ ਲੱਗਦਾ ਹੁੰਦਾ ਹੈ ਕਿ ਬੱਚੇ ਨੂੰ ਕੁਝ ਨਹੀਂ ਪਤਾ ਪਰ ਬੱਚੇ ਨੂੰ ਸਮਝ ਆ ਰਿਹਾ ਹੈ ਫਿਰ ਅਸੀਂ ਥੋੜੇ ਜੇ ਵੱਡੇ ਹੁੰਨੇ ਆ ਵੈਨ ਵੀ ਕਮ ਇਨ ਟੂ ਆਰ 6 7th ਗ੍ਰੇਡ ਮੇਰੇ ਨਾਲ ਇਦਾਂ ਹੋਇਆ ਕਿ ਟੀਚਰ ਮੇਰੇ ਕੋਲ ਅੱچھے ਆਈਡੀਆਜ਼ ਹੁੰਦੇ ਸੀ ਕਿਉਂਕਿ ਮੈਂ ਬਹੁਤ ਸਾਰੀ ਐਨਜੀਓਸ 'ਚ ਕੰਮ ਕਰਦਾ ਸੀ ਮੈਂ ਸਕੂਲ ਜਾ ਕੇ ਕਹਿਣਾ ਮੈਮ ਮੈਂ ਆ ਕਰਨਾ ਮੈਮ ਆਪਾਂ ਕਲਾਸ ਮਿਲ ਕੇ ਐਕਟੀਵਿਟੀ ਕਰ ਲਈਏ ਮੈਮ ਨੇ ਕਹਿਣਾ ਵੈਲੇ ਪੜ੍ਹਾਈ ਤਾਂ ਕਰ ਲੋ ਤੁਹਾਨੂੰ ਪਹਿਲੇ ਹੀ ਕੁਝ ਨਹੀਂ ਆਂਦਾ ਤੂੰ ਸਾਰੇ ਨਲਾਇਕ ਹੋ ਐ ਐਨ ਹਾਰਟ ਟੀਚਰ ਹੈ ਗੱਲ ਆਪਣੇ ਕਲਾਸ 'ਚ ਜਾ ਕੇ ਕਹਿੰਦੀ ਹੈ ਕਿ ਇਹ ਵਾਲੀ ਕਲਾਸ ਸਭ ਤੋਂ ਮਾੜੀ ਕਲਾਸ ਹੈ ਇਹ ਵਾਲੀ ਕਲਾਸ ਸਭ ਤੋਂ ਬੁਰੀ ਕਲਾਸ ਹੈ ਸੋ ਵੀਰ ਅਸੀਂ ਓਵੇਂ ਵੱਡੇ ਹੁੰਨੇ ਆ ਤੇ ਹੌਲੀ ਹੌ ਅਸੀਂ ਵੀ ਉਹ ਖੁੱਲ ਗਏ ਠੀਕ ਆ ਯਾਰ ਅਸੀਂ ਮਾੜਿਆਂ ਦਾ ਮਾੜੇ ਹੀ ਆ ਅਸੀਂ ਨੇ ਲੈ ਕਾ ਤਨ ਲੈ ਕੀ ਆ ਅਸੀਂ ਉਦਾਂ ਦੇ ਹੋ ਗਏ ਐਨ ਮੇਰਾ 15 16 ਮੁੰਡਿਆਂ ਦਾ ਗਰੁੱਪ ਬਣ ਗਿਆ ਅਸੀਂ ਕਲਾਸ ਚ ਖਾਪਾਣੀ ਸ਼ੁਰੂ ਕਰਤੀ ਬਿਲਕੁਲ ਤਾਂ ਹਟ ਗਿਆ ਲਾਈਫ ਤੋਂ ਅਸੀਂ ਵੀ ਉਦਾਂ ਹੀ ਹੋ ਗਏ ਵੀ ਠੀਕ ਆ ਜੇ ਤੁਸੀਂ ਸਾਨੂੰ ਸਿਆਣੇ ਨਹੀਂ ਸਮਝਦੇ ਤਾਂ ਅਸੀਂ ਸਿਆਣੇ ਹਾਂ ਵੀ ਨਹੀਂ ਅਸੀਂ ਵੀ ਹੁਣ ਤੁਹਾਨੂੰ ਤੰਗ ਕਰਾਂਗੇ ਤਾਂ ਮੈਂ ਕਲਾਸ ਦਾ ਉਹ ਬੈਡ ਬாய் ਗਰੁੱਪ ਦਾ ਲੀਡਰ ਬਣ ਗਿਆ ਤੇ 10th 11th ਗ੍ਰੇਡ ਤੱਕ ਉਹ ਚੱਲਿਆ then 11th grade tak 10th grade ch marks acche a gaye hun india ch ki hai ki jad toade marks acche a jande hai 10th grade ch ta 11th ch then you have to choose a stream ke tusi kehi padhai karni hai te science commerce or whatever tusi ki padhna hai ta jehde acche bachche jehde intelligent bachche hunde jina de marks acche aunde sareyan nu keh dita janda ki ya to doctor banega ya to engineer banega so people decide for you your grades decide for you uh, it's it's very weird bahut ajeeb hasse wali gall hai ke tusi nahi decide karde tade number acche aaye hai esliye tusi doctor banoge ya engineer banoge ta main vi uh, science le li te non medical ch chala gaya par mainu bilkul vi nahi pata ke engineering kyon karni hai main ki karni hai i just went because mere marks acche aage se si. and i just went te main ta gaya hi mere naal jede 15 munde hor seyo ho, sare non medical chale gaye ek saal baad assi sare fail ho gaye ਅਸੀਂ 16 ਦਾ 16 ਮੁੰਡਿਆਂ ਦਾ ਗਰੁੱਪ ਵੀ ਫੇਲਡ ਵੀ ਫਲੰਗਡ ਦਾ 11th ਗ੍ਰੇਡ ਤੇ ਸਕੂਲੋਂ ਕੱਢ ਦਿੱਤਾ ਗਿਆ ਮੈਂ ਸਰਵਸ ਥਰੋਨ ਆਊਟ ਆਫ ਮਾਈ ਸਕੂਲ ਕਿ ਵਾਈ ਬੀ ਕੈਨਟ ਟੇਕ ਯੂ ਐਨੀ ਮੋਰ ਐਂਡ ਆ ਸੈਡ ਓਕੇ ਠੀਕ ਹੈ ਤੇ ਉਸ ਦਿਨ ਨਾ ਪਹਿਲੀ ਵਾਰੀ ਬਿਕੋਜ਼ ਇੱਕ ਪਾਸੇ ਫਾਈਨੈਂਸ਼ੀਅਲ ਇਸ਼ੂਸ ਸੀ ਦੂਜੇ ਪਾਸੇ ਮੈਂ ਫੇਲ ਹੋ ਗਿਆ ਤਾਂ ਜਦ ਇੱਕ ਤੁਸੀਂ ਗਰੀਬ ਕਰਦੇ ਮੁੰਡੇ ਹੁੰਦੇ ਹੋ ਨਾ ਜਿਹਦੇ ਤੋਂ ਬਹੁਤ ਸਾਰੀਆਂ ਉਮੀਦਾਂ ਸਮਾਜ ਨੂੰ ਤੇ ਦੂਜੇ ਪਾਸੇ ਤੁਸੀਂ ਫੇਲ ਹੋ ਜਾਓ ਤਾਂ ਤੁਹਾਡੇ ਕਰਨਾ ਬੜਾ ਮਾਰਨਿੰਗ ਵਾਲਾ ਮਾਹੌਲ ਹੁੰਦਾ ਤੇ ਐਂਡ ਬິກਰਸ ਕਾਚ ਫਾਈਨੈਂਸ਼ੀਅਲ ਸਟਰਗਲ ਸੀ ਤੇ ਮੇਰੇ ਮਮਾ ਵਾਸ ਗੋਇੰਗ ਥਰੂ ਬਾਈਪੋਲਰ ਡਿਸਆਰਡਰ ਐਂਡ ਡਿਪਰੈਸ਼ਨ ਐਂਡ ਮੈਂਟਲ ਹੈਲਥ ਇਸ਼ੂਸ ਤੇ ਉਸ ਵੇਲੇ ਸਕੂਲ ਨਹੀਂ ਸੀ ਜਾਂਦੇ ਹੁੰਦੇ ਤੇ ਸਕੂਲ ਮੇਰੇ ਪਾਪਾ ਜਾਂਦੇ ਸੀ ਹਮੇਸ਼ਾ ਪੇਰੈਂਟ ਟੀਚਰ ਮੀਟ ਤੇ ਜਾਂ ਰਿਜ਼ਲਟ ਵਾਲੇ ਦਿਨ ਤੇ ਉਸ ਦਿਨ ਪਹਿਲੀ ਵਾਰੀ ਮੇਰੇ ਮਮਾ ਨੂੰ ਸਕੂਲ ਆਣਾ ਪਿਆ ਕਿਉਂਕਿ ਮੈਨੂੰ ਸਕੂਲੋਂ ਕੱਢ ਰਹੇ ਸੀ ਐਨ ਹੁਣ ਇੱਕ ਮਾਂ ਜੋ ਫਾਈਨੈਂਸ਼ੀਅਲ ਸਟਰਗਲਸ ਚੋਂ ਲੰਘ ਰਹੀ ਐ ਐਨੇ ਸਾਲ ਤੋਂ ਐਨ ਉਹਨਾਂ ਦਾ ਬੱਚਾ ਫੇਲ ਹੋ ਗਿਆ ਤੇ ਮੰਮਾ ਹੈਡ ਟੂ ਬੈਗ ਇਨ ਫਰੰਟ ਆਫ ਦਾ ਪ੍ਰਿੰਸੀਪਲ ਕੇ ਪਲੀਜ਼ ਮੇਰੇ ਮੁੰਡੇ ਨੂੰ ਸਕੂਲੋਂ ਨਾ ਕੱਢੋ ਤੇ ਉਹ ਜਿਹੜੀਆਂ ਖੁਸ਼ੀਆਂ ਬਣਾਈਆਂ ਸੀ ਨਾ ਦੋਸਤਾਂ ਯਾਰਾਂ ਨਾਲ ਮਿਲ ਕੇ ਉਹ ਸਾਰੀਆਂ ਥੱਲੇ ਆ ਕੇ ਡਿੱਗੀਆਂ ਉਸ ਦਿਨ ਸਮਝ ਆਈ ਕਿ ਯਾਰ ਮੈਂ ਕੀ ਕਰ ਰਿਹਾ ਜ਼ਿੰਦਗੀ ਚ ਲਈਕ ਆਈ ਡੋਨਟ ਇਵਨ ਨੋ ਵਾਟ ਆਈ ਵਾਂਟ ਟੂ ਡੂ ਐਂਡ ਮੇਰੇ ਪੇਰੈਂਟਸ ਨੂੰ ਕਿੰਨੀਆਂ ਮੇਰੇ ਤੋਂ ਉਮੀਦਾਂ ਐ ਤੇ ਮੈਂ ਕੀ ਕਰ ਰਿਹਾ ਤਾਂ ਉਸ ਦਿਨ ਪਹਿਲੀ ਵਾਰੀ ਰਿਐਲਿਟੀ ਹਿੱਟ ਕੀਤੀ ਕਿ ਐਦਾਂ ਨਹੀਂ ਜ਼ਿੰਦਗੀ ਚੱਲਣੀ ਆਈ ਵਾਸ ਨਾਟ ਫੋਕਸਡ ਐਟ 올 ਟੋਟਲੀ ਡਿਸਟਰੈਕਟਡ ਬਟ ਵੈਰੀ ਟੈਲੈਂਟਡ ਤੇ ਉਸ ਦਿਨ ਮੈਂ ਘਰ ਆਇਆ ਤੇ ਮੈਨੂੰ ਮੇਰੇ ਇੱਕ ਮੈਂਟਰ ਹੁੰਦੇ ਸੀ ਉਸ ਵੇਲੇ ਡਾਕਟਰ ਸਰਬਜੀਤ ਸਿੰਘ ਉਹਨਾਂ ਨੇ ਬੁਲਾਇਆ ਤੇ ਕਹਿੰਦੇ ਗੌਰਵ ਇੱਕ ਕੰਮ ਕਰ ਮੈਨੂੰ ਇੱਕ ਗੱਲ ਦੱਸ ਕਹਿੰਦੇ ਤੂੰ ਆਪਣੇ ਆਪ ਬਾਰੇ ਕਿੰਨਾ ਕੁ ਜਾਣਦਾ ਮੈਂ ਕਿਹਾ ਮੈਨੂੰ ਨਹੀਂ ਪਤਾ ਮੈਂ ਕਿਹਾ ਆਪਣੇ ਬਾਪ ਬਾਰੇ ਜਾਣਨਾ ਕੀ ਕਹਿੰਦੇ ਆ ਮੇਰਾ ਨਾਮ ਗੌਰਵਦੀਪ ਸਿੰਘ ਹੈ ਮੇਰੇ ਪਾਪਾ ਦਾ ਢਾਬਾ ਹੈ ਹਰਪਾਲ ਸਿੰਘ ਉਹਨਾਂ ਦਾ ਨਾਮ ਹੈ ਮੇਰੇ ਮਮਾ ਇਹ ਹੈਗੇ ਆ ਇਹ ਮੇਰਾ ਸਕੂਲ ਹੈ ਇਹੀ ਹੁੰਦਾ ਆਪਣੇ ਬਾਰੇ ਜਾਣਨਾ ਕਹਿੰਦੇ ਨਹੀਂ ਕਹਿੰਦੇ ਹੈਵ ਯੂ ਐਵਰ ਟੇਕਨ ਅ ਪੀਸ ਆਫ ਪੇਪਰ ਤੇ ਆਪਣੇ ਬਾਰੇ ਕੋਈ ਚੰਗਾ ਲਿਖਣ ਦੀ ਕੋਸ਼ਿਸ਼ ਕੀਤੀ ਹੈ? ਅਗਰ ਨਹੀਂ। ਕਹਿੰਦੇ 99.9% ਲੋਕ ਇਹ ਨਹੀਂ ਕਰਦੇ। ਤੇ ਇੱਥੇ ਹੀ ਅਸੀਂ ਮਾਰ ਖਾਂਦੇ ਆ ਕਿਉਂਕਿ ਗੁਰਬਾਣੀ ਸਾਨੂੰ ਕਹਿੰਦੀ ਹੈ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਆਪਣੇ ਆਪ ਨੂੰ ਪਛਾਣੋ। ਤੇਰੇ ਚ ਹੀ ਪਰਮਾਤਮਾ ਦੇ ਗੁਣ ਹੈ। ਗੁਰਬਾਣੀ ਸਾਨੂੰ ਕਹਿੰਦੀ ਹੈ ਜੋ ਬ੍ਰਹਿਮੰਡ ਹੈ ਸੋਈ ਪਿੰਡ ਹੈ। ਜੋ ਬ੍ਰਹਿਮੰਡ ਜੋ ਪੂਰੀ ਪਾਵਰ ਯੂਨੀਵਰਸ ਹੈ ਸੋਈ ਪਿੰਡ ਹੈ ਉਹ ਪੂਰੀ ਦੀ ਪੂਰੀ ਪਾਵਰ ਤੇਰੇ ਪਿੰਡੇ ਚ ਹੈ ਤੇਰੇ ਸਰੀਰ ਚ ਹੈ ਤੇਰੇ ਅੰਦਰ ਹੈ ਮਿਲਦੀ ਕਿਨੂ ਹੈ ਗੁਰਬਾਣੀ ਕਹਿੰਦੀ ਜੋ ਖੋਜੇ ਸੋ ਪਾਵੇ ਮਿਲਦੀ ਕਿਨੂ ਹੈ ਜੋ ਲੱਭੇਗਾ ਉਹਨੂੰ ਮਿਲੇਗੀ ਤੇ ਕਹਿੰਦੇ ਜੇ ਤੂੰ ਗੁਰਬਾਣੀ ਪੜਦਾ ਹੈ ਜੇ ਤੂੰ ਗੁਰਬਾਣੀ ਨੂੰ ਸਮਝਦਾ ਹੈ ਤਾਂ ਸਮਝ ਲੈ ਕਿ ਜੋ ਬ੍ਰਹਿਮੰਡ ਹੈ ਸੋਈ ਪਿੰਡ ਹੈ ਜੋ ਖੋਜੇ ਸੋ ਪਾਵੇ ਐਸਲੀ ਲੱਭ ਟੇਕ ਅ ਪੀਸ ਆਫ ਪੇਪਰ ਸੋ ਮੈਂ ਆਪਣੇ ਨੋਟਬੁੱਕ ਦਾ ਪੇਪਰ ਲਿਆ ਤੇ ਅੱਜ ਸਾਡੇ ਟ੍ਰਾਈਟਿੰਗ ਮਾਈ ਕੁਆਲਟੀਜ਼ ਤੇ ਜਦ ਮੈਂ ਆਪਣੀਆਂ ਕੁਆਲਟੀਜ਼ ਲਿਖੀਆਂ ਉਹਦੇ ਚ ਆਇਆ ਕਿ ਮੈਂ ਚੰਗਾ ਬੋਲ ਲੰਨਾ ਮੈਂ ਚੰਗਾ ਲਿਖ ਲੈਣਾ ਫਿਰ ਦੇਖਿਆ ਕਿ ਯਾਰ ਇਹ ਤਾਂ ਦੋਨੋਂ ਚੀਜ਼ਾਂ ਸਾਇੰਸ ਨਾਲ ਜਾਂਦੀਆਂ ਹੀ ਨਹੀਂ ਹੂੰ ਹੂੰ ਸੋ ਆਈ ਟੁਕ ਅ ਸਟੈਪ ਬੈਕ ਚੇਂਜਡ ਮਾਈ ਸਟਰੀਮ ਰਿਪੀਟਡ ਦ ਇਅਰ ਤੇ ਸਾਇੰਸ ਤੋਂ ਸ਼ਿਫਟ ਕਰਕੇ ਮਾਸ ਕਮਿਊਨੀਕੇਸ਼ਨ ਫੀਲਡ ਚ ਆਇਆ ਤੇ ਵਿਦਨ ਅ ਇਅਰ ਮੇਰੇ 28% ਮਾਰਕਸ ਆਏ ਸੀ 11th ਗ੍ਰੇਡ ਚ ਮੈਂ ਸਕੂਲੋਂ ਫੇਲ ਹੋਇਆ ਸੀ ਤੇ ਵਿਦਨ 3 ਮੰਥਸ ਜਿਹੜੇ ਦੁਬਾਰਾ ਮੇ ਐਗਜ਼ਾਮਸ ਹੋਏ ਸਕੋਰ ਵਾਸ 96% ਨਾਓ ਵਾਟ ਚੇਂਜਡ ਕੀ ਮੁੰਡਾ ਬਦਲ ਗਿਆ ਕੁਝ ਬਦਲ ਗਿਆ ਨਹੀਂ ਦੋ ਓਨਲੀ ਥਿੰਗ ਥੈਟ ਚੇਂਜਡ ਵਾਸ ਨਾਊ ਆਈ ਨਿਊ ਵਾਟ ਆਈ ਵਾਂਟਿਡ ਟੂ ਡੂ ਨਾਊ ਆਈ ਨਿਊ ਮਾਈ ਕੁਆਲਿਟੀਜ਼ ਹੁਣ ਮੈਨੂੰ ਆਪਣੇ ਆਪ ਨਾਲ ਪਿਆਰ ਹੋਣਾ ਸ਼ੁਰੂ ਹੋ ਗਿਆ ਸੀ ਕਿਉਂਕਿ ਜਦ ਤੁਸੀਂ ਆਪਣੇ ਬਾਰੇ ਚੰਗਾ ਲਿਖਦੇ ਹੋ ਤੁਹਾਨੂੰ ਆਪਣੇ ਆਪ ਨਾਲ ਪਿਆਰ ਹੁੰਦਾ ਤੇ ਜਦ ਤੁਹਾਨੂੰ ਆਪਣੇ ਆਪ ਨਾਲ ਪਿਆਰ ਹੁੰਦਾ ਵੈਨ ਯੂ ਲਵਿੰਗ ਯੋਰself ਤੁਹਾਨੂੰ ਆਈਡੀਆਜ਼ ਆਉਂਦੇ ਆ ਤੁਹਾਡਾ ਫੋਕਸ ਲੱਗਦਾ ਹੈ ਤੁਹਾਡੀ ਪਰਸਨੈਲਿਟੀ ਬਿਲਡ ਹੁੰਦੀ ਹੈ ਉਹ ਸਾਰਾ ਕੁਝ ਮੇਰੀ ਲਾਈਫ ਚੋਂ ਮਿਸਿੰਗ ਸੀ ਸੋ ਥੈਟ ਹੈਪਨਡ ਟੂ ইয়ারਜ਼ ਲੇਟਰ ਆਈ ਵਾਸ ਦ ਡਿਸਟ੍ਰਿਕਟ ਟੋਪਰ and i went to the biggest uh, school and i was a district topper there and then i went to the biggest college of punjab one of the biggest colleges of punjab utthe main apni psychology di bachelor shuru kiti par ek saal baad ghar ch phir paise khatam ho gaye bahut vadda financial crisis aa jata papa ne kya gaurav ludhiana wapas a jao main chandi ghar parda hunda si te papa ne kya gaurav ludhiana wapas a jao veer nahi pad sakde te i came back ਮਾਈ ਪੇਰੈਂਟਸ ਮੇਰੇ ਮਮਾ ਪਾਪਾ ਨੇ ਹਮੇਸ਼ਾ ਆਪਣਾ ਬੈਸਟ ਦਿੱਤਾ ਤਾਂ ਮੈਨੂੰ ਕੋਈ ਰਿਗਰਟ ਨਹੀਂ ਸੀ ਕੋਈ ਕੰਪਲੇਨ ਨਹੀਂ ਸੀ ਬਿਕਾਜ਼ ਦੇ ਹੈਵ ギਵਨ ਦਾ ਬੈਸਟ ਲਾਈਫ ਟੂ ਮੀ ਤੇ ਮੈਂ ਲੁਧਿਆਣੇ ਵਾਪਸ ਆਇਆ ਜਦ ਮੈਂ ਵਾਪਸ ਆਇਆ ਤੇ ਮੈਨੂੰ ਸੀਗਾ ਕਿ ਯਾਰ ਹੁਣ ਦੋ ਹੀ ਚੀਜ਼ਾਂ ਕਰ ਸਕਦੇ ਆਂ ਵੀ ਜਾਂ ਮੈਂ ਕੰਪਲੇਨ ਕਰਦਾ ਰਹਾ ਮਾਂ ਕਿ ਮੇਰੇ ਮਮਾ ਪਾਪਾ ਨੇ ਮੈਨੂੰ ਸਾਰੇ ਪੇਰੈਂਟਸ ਲਾਈਫ ਅੱਛੀ ਦਿੰਦੇ ਆ ਮੈਂ ਨਹੀਂ ਕਰ ਪਾਇਆ ਇਹ ਆ ਆਪਣੀ ਕਿਸਮਤ ਨੂੰ ਕੋਸਦਾ ਰਹਾ ਤੇ ਜਾਂ ਲੈਟਸ ਕ੍ਰੀਏਟ ਸਮਥਿੰਗ ਆਊਟ ਆਫ ਇਟ ਤੇ ਮੈਨੂੰ ਸੀਗਾ ਕਿ ਜੇ ਮੇਰੇ ਨਾਲ ਇਦਾਂ ਹੋ ਰਿਹਾ ਤਾਂ ਬਹੁਤ ਸਾਰੇ ਹੋਰ ਯੰਗਸਰਸ ਮੈਂ ਉਹ ਸਾਰੇ ਯੰਗਸਟਰਸ ਨੂੰ ਇਕੱਠਾ ਕਰਨ ਦੀ ਕੋਸ਼ਿਸ਼ ਕੀਤੀ ਉਸ ਵੇਲੇ ਮੈਂ ਮੇਰੀ ਸਿਸਟਰ ਮਾਈ THEN ਗਰਲਫ੍ਰੈਂਡ ਐਂਡ ਮਾਈ ਬੈਸਟ ਫ੍ਰੈਂਡ ਸੋ ਵੀਰ ਫੋਰ ਪੀਪਲ ਐਂਡ ਅਸੀਂ ਚਾਰਾਂ ਚਾਰਾਂ ਨੇ ਉਸ ਵੇਲੇ ਮਿਲ ਕੇ ਆਰਗੇਨਾਈਜੇਸ਼ਨ ਬਣਾਈ ਇਨੀਸ਼ੀਏਟਰਸ ਆਫ ਚੇਂਜ ਕਿਉਂਕਿ ਮੈਂ ਨਾ ਬਹੁਤ ਅਨੌਇਡ ਸੀ ਵਾਈਲ ਵਰਕਿੰਗ ਵਿਦ ਆਲ ਦਾ ਐਨ ਜੀਓਜ਼ ਐਂਡ ਪੋਲਿਟੀਕਲ ਪਾਰਟੀਆਂ ਐਂਡ ਗੁਰਦੁਆਰਾ ਕਮੇਟੀਆਂ ਐਂਡ एवरीवन ਕਿ ਸਾਰੇ ਨਾ ਯੰਗਸਟਰਸ ਨੂੰ ਕਰਾਊਡਸਵਾਂਗ ਯੂਜ਼ ਕਰਦੇ ਆ ਬੇਟੇ ਤੁਸੀਂ ਅੱਗੇ ਵਧੋ ਉਸੇ ਤੁਹਾਡੇ ਨਾਲ ਆ ਪਰ ਜਦ ਹੀ ਅੰਕਸ਼ਰ ਦੇ ਆਈਡੀਆ ਦੀ ਗੱਲ ਆਉਂਦੀ ਹੈ ਤਾਂ ਕਹਿਣਗੇ ਬੇਟੇ ਹਲੇ ਤੁਸੀਂ ਚੁੱਪ ਰਹੋ ਹਲੇ ਤੁਸੀਂ ਸੁਣੋ ਹਲੇ ਤੁਸੀਂ ਛੋਟੇ ਹੋ ਲਾਈਕ ਉਹ ਚਾਹੁੰਦੇ ਆ ਕਿ ਅਸੀਂ ਨਾਰੇ ਲਗਾਈਏ ਉਹਨਾਂ ਲਈ ਉਹ ਚਾਹੁੰਦੇ ਆ ਕਿ ਅਸੀਂ ਬੁਲੇਟ ਤੇ ਝੰਡੇ ਲਗਾ ਕੇ ਘੇੜੀਆਂ ਮਾਰੀ ਘੇੜੀਆਂ ਮਾਰੀ ਉਹਨਾਂ ਲਈ ਅਸੀਂ ਕਦਮ ਚਲਾਈਏ ਉਹਨਾਂ ਲਈ ਆਵਾਜ਼ ਚਲਾਈਏ ਉਹਨਾਂ ਲਈ ਪਰ ਦਿਮਾਗ ਨਾ ਜਲਾਈਏ ਤਾਂ ਮੈਂ ਕਿਹਾ ਯਾਰ ਐਦਾਂ ਨਹੀਂ ਹੁਣ ਹੋਏਗਾ ਉਨੇ ਇੱਕ ਆਰਗੇਨਾਈਜੇਸ਼ਨ ਬਣਾਵਾਂਗੇ ਕਿ ਯੂਥ ਦਾ ਜੇ ਦਿਮਾਗ ਯੂਜ਼ ਕਰੋਗੇ ਤਾਂ ਹੀ ਅਸੀਂ ਆਪਣੇ ਕਦਮ ਤੇ ਆਵਾਜ਼ ਦਵਾਂਗੇ ਨਹੀਂ ਤਾਂ ਸਾਡੇ ਕਦਮ ਤੇ ਆਵਾਜ਼ ਫਰੀਚ ਨਹੀਂ ਆਈ ਅਸੀਂ ਤੁਹਾਡੇ ਲਈ ਵਰਤੀ ਜਾਈਏ ਜਿੱਦਾਂ ਤੁਸੀਂ ਬੁਲਾਓ ਉਦਾਂ ਬੋਲੀ ਜਾਈਏ ਥਿਸ ਵਿਲ ਨੋਟ ਹੈਪਨ ਤਾਂ ਉਸ ਵੇਲੇ ਫਿਰ ਆਰਗੇਨਾਈਜੇਸ਼ਨ ਬਣਾਈ ਚਾਰ ਲੋਕਾਂ ਨੇ ਮਿਲ ਕੇ ਤੇ ਮੈਂ ਉਸ ਵੇਲੇ ਇੱਕ ਟੀਵੀ ਐਂਕਰ ਸੀ ਤੇ 2015 ਦੇ ਵਿੱਚ ਆਰਗੇਨਾਈਜੇਸ਼ਨ ਸ਼ੁਰੂ ਕੀਤੀ ਤੇ ਦੇਖਦੇ ਦੇਖਦੇ ਅਵਿਦਿਨ ਅイヤー ਦੇ ਵਿੱਚ 200 ਵੋਲੰਟੀਅਰਸ ਹੋ ਗਏ ਇਸ ਵੇਲੇ ਦੀ 8 ਬ੍ਰਾਂਚਿਸਾਂ ਤੇ ਮੋਰ ਥੈਨ 3000 ਯੰਗਸਟਰ ਸਾਡੇ ਨਾਲ ਕੰਮ ਕਰਕੇ ਜਾ ਚੁੱਕੇ ਐ ਅਸੀਂ ਐਸੀ ਚੀਜ਼ ਤੇ ਕੰਮ ਕਰਦੇ ਆ ਕਿ ਯੰਗਸਟਰਸ ਆਪਣੀ ਫੁੱਲ ਪੋਟੈਂਸ਼ੀਅਲ ਨੂੰ ਐਕਸਪਲੋਰ ਕਰਨ ਕਿਉਂਕਿ ਮੈਨੂੰ ਅੱਜ ਵੀ ਲੱਗਦਾ ਕਿ ਜਿੰਨੀ ਤਾਕਤ ਤੇ ਜਿੰਨਾ ਟਾਈਮ ਐ 16 ਤੋਂ 22 ਸਾਲ ਦੇ ਏਜ ਗਰੁੱਪ ਕੋ ਲੈਣਾ ਕਿਸੇ ਕੋਲ ਨਹੀਂ ਹੈ ਦੁਨੀਆਂ 'ਚ ਤੇ ਸਭ ਤੋਂ ਨੈਗਲੈਕਟਡ ਹੈ ਹੀ ਅਸੀਂ ਬੱਚੇ ਨੂੰ ਟੀਨੇਜ ਤੱਕ ਬਹੁਤ ਧਿਆਨ ਨਾਲ ਦੇਖਦੇ ਆ ਫਿਟ ਅਡੋਲੈਸੈਂਟ ইয়ারਸ ਦੇ ਵਿੱਚ ਅਸੀਂ ਕਹਿੰਦੇ ਆ ਵੀ ਚਲ ਠੀਕ ਹੈ ਕੋਈ ਨਾ ਧਿਆਨ ਰੱਖੋ ਬਟ ਉਸ ਤੋਂ ਬਾਅਦ ਫਿਰ ਐਸੀ 25-5 ਤੋਂ ਬਾਅਦ ਹੋਦੇ ਤੇ ਜ਼ਿੰਮੇਵਾਰੀਆਂ ਪਾ ਦਿੰਦੇ ਆ ਕਿ ਵਿਆਹ ਕਰਾ ਜੌਬ ਕਰ ਜਿਹੜਾ ਵਿਚ ਵਾਲਾ ਏਜ ਗਰੁੱਪ ਹੈ ਨਾ एनओसी यूटिलाइज ਨਹੀਂ ਕਰਦਾ ਐਂਡ ਸਾਡਾ ਸਮਾਜ ਵੀ ਯੂਟिलाइज ਨਹੀਂ ਕਰਦਾ ਅਸੀਂ ਇਹਨਾਂ ਨੂੰ ਇਹਨਾਂ ਦੇ ਹਾਲ ਤੇ ਛੱਡ ਦਿੰਨੇ ਆ ਜਾਂ ਫਿਰ ਇਹਨਾਂ ਨੂੰ ਬਹੁਤ ਪ੍ਰੋਟेक्ट ਕਰ ਲੈਂਦੇ ਆ ਜੇ ਇਸ ਏਜ ਗਰੁੱਪ ਨੂੰ ਸਹੀ ਡਾਇਰੈਕਸ਼ਨ ਮਿਲ ਜਾਏ ਸਹੀ ਮੈਂਟਰਸ਼ਿਪ ਮਿਲ ਜਾਏ ਸਹੀ ਲੀਡਰਸ਼ਿਪ ਕੁਆਲਿਟੀਆਂ ਮਿਲ ਜਾਣ ਤੇ ਸਭ ਤੋਂ ਵੱਡਾ ਐਸੈਟ ਹੈ ਦੁਨੀਆ ਦਾ ਵੀ ਵੀ ਸੀ ਵਿਦ ਗਰੇਟਾ থানਬਰਗ ਵੀ ਸੀ ਵੀ ਹੈਵ ਸੀਨ ਵਿਦ ਮਲਾਲਾ ਵੀ ਹੈਵ ਸੀਨ ਵਿਦ ਸੋ ਮੈਨੀ ਪੀਪਲ ਆਈ ਡੋਨਟ ਨੋ देयर ਅਜੈਂਡਾਸ অর ਵਾਟਐਵਰ ਦੇ ਡੂ ਬਟ ਮੈਨੂੰ ਇੰਨਾ ਪਤਾ ਹੈ ਕਿ ਭਗਤ ਸਿੰਘ ਵੀ ਐਸੇ ਏਜ ਗਰੁੱਪ ਦੇ ਸੀ 19 ਤੋਂ 22 ਉਹਨਾਂ ਦਾ ਪੂਰਾ ਏਜ ਗਰੁੱਪ ਹੀ ਏ ਸੀ ਸਾਰਾ ਗਰੁੱਪ ਉਹਨਾਂ ਦਾ ਐਸ ਏਜ ਗਰੁੱਪ ਦਾ ਸੀ ਤਾਂ ਮੇਰਾ ਮੰਨਣਾ ਹੈ ਕਿ ਬਹੁਤ ਵੱਡੀ ਤਾਕਤ ਹੈ ਐਸ ਏਜ ਗਰੁੱਪ ਕੋਲ ਦੁਨੀਆ ਬਦਲਣ ਦੀ ਐਂ ਕਮਾਲ ਦੀ ਗੱਲ ਪਤਾ ਹੈ ਕੀ ਹੈ ਜੇ ਇਹ ਗੱਲ ਜਿਹੜੀ ਮੈਂ ਹੁਣੇ ਕਹਿ ਰਿਹਾ ਜੇ ਇਹੀ ਗੱਲ ਨੂੰ ਇੱਕ 18 ਸਾਲ 19 ਸਾਲ ਦਾ ਬੱਚਾ ਕਹੇਗਾ ਨਾ ਦੁਨੀਆ ਹੈਰਾਨ ਹੋ ਕੇ ਸੁਨੇਗੀ ਵਾਓ ਕਿੰਨੀ ਸਿਆਣੀ ਗੱਲ ਕਰ ਰਿਹਾ ਜਿਵੇਂ ਜਿਵੇਂ ਸਾਡੀ ਏਜ ਘਟਦੀ ਜਾਂਦੀ ਹੈ ਵਧਦੀ ਜਾਂਦੀ ਹੈ ਨਾ ਅਸੀਂ ਜਿੰਨੀਆਂ ਮਰਜ਼ੀ ਵਧੀਆ ਗੱਲਾਂ ਕਰ ਲਈਏ ਲੋਕੀ ਕੋਈ ਬਹੁਤੇ ਖੁਸ਼ ਨਹੀਂ ਹੁੰਦੇ ਇੱਕ 50 ਸਾਲ ਦੇ ਬੰਦੇ ਤੋਂ ਤੁਸੀਂ ਘੱਟ ਇਨਸਪਾਇਰ ਹੋਵੋਗੇ ਪਰ ਇੱਕ 10 12 ਸਾਲ ਦੇ 15 ਸਾਲ ਦੇ ਬੱਚੇ ਤੋਂ ਤੁਸੀਂ ਬਹੁਤ ਜ਼ਿਆਦਾ ਇਨਸਪਾਇਰ ਹੋ ਸਕਦੇ ਹੋ ਕਿਉਂਕਿ ਜਦ ਉਹ ਕੁਝ ਕਰਦਾ ਤੁਹਾਨੂੰ ਬਹੁਤ ਅਲਾਵਿੰਗ ਲੱਗਦਾ ਕਿ ਯਾਰ ਇਹ ਕਰ ਰਿਹਾ ਤਾਂ ਮੈਂ ਕਿਉਂ ਨਹੀਂ ਕਰ ਸਕਦਾ ਤਾਂ ਦੁਨੀਆ ਨੂੰ ਸਭ ਤੋਂ ਜ਼ਿਆਦਾ ਇਨਸਪਾਇਰ ਕਰਨ ਦੀ ਤਾਕਤ ਇਹ ਸੇਜ ਗਰੁੱਪ ਕੋਲ ਹੈ that's how initiators of change was born today we are working on education ਅਸੀਂ ਪੰਜਾਬ ਦੇ ਗਵਰਨਮੈਂਟ ਸਕੂਲਸ ਨੂੰ ਅਡਾਪਟ ਕਰਕੇ ਉੱਥੇ ਕੰਮ ਕਰਦੇ ਆ ਅਸੀਂ ਆਪਣਾ ਇੱਕ ਫ੍ਰੀ ਈਵਨਿੰਗ ਸਕੂਲ ਚਲਾਉਂਦੇ ਆ ਬੱਚਿਆਂ ਲਈ so we work on and we work on political awareness of youngsters ਕਿਉਂਕਿ ਮੈਨੂੰ ਇਹ ਲੱਗਦਾ ਕਿ ਜੇ ਤੁਹਾਨੂੰ ਸਮਝ ਨਹੀਂ ਆ ਰਹੀ ਨਾ ਕਿ ਦੁਨੀਆ ਕਿੰਨਾ ਚੱਲ ਰਹੀ ਹੈ ਤਾਂ ਦੁਨੀਆ ਤੁਹਾਨੂੰ ਪਾਗਲ ਬਣਾ ਜਾਏਗੀ ਸੋ ਇਦਰ ਯੂ ਲਰਨ ਹਾਉ ਇਟ ਇਟ ਇਜ਼ ਵਰਕਿੰਗ অর ਯੂ ਗੇਟ ਸੋਲਡ ਬਾਇਟ ਤਾਂ ਤੁਹਾਡੇ ਕੋਲ ਚੋਇਸ ਇਜ਼ ਇਨ ਯੋਰ ਹੈਂਡਸ ਵਾਓ ਅਮ ਇਥੇ ਮੈਂ ਇੱਕ ਪੁਆਇੰਟ ਐਡ ਕਰਨਾ ਚਾਹਾਂਗੀ ਆਈ ਡੋਨਟ ਨੋ ਇਫ ਯੂ ਐਗਰੀ ਵਿਦ ਮੀ ਔਰ ਔਨ ਥਿਸ অর ਨਾਟ ਬਟ ਮੇਰੀ ਇੱਕ ਰਾਏ ਹੈਗੀ ਹੈ ਕਿ ਵਾਈ ਅਡਲਟਸ ਕੰਟਰੋਲ ਯੰਗਸਟਰਸ ਇਨ اسپੈਸ਼ਲੀ ਆ ਵੁਡ ਸੇ ਗਵਰਨਮੈਂਟ ਦ ਰੀਜ਼ਨ ਬੀਇੰਗ is that they want to control us is because they don't want us to grow and create opportunities exactly and if you see you know men the population it's getting weak men and women's the population is getting weak you know our men were strong they were mentally strong ਬਿਕਾਜ਼ ਉਹਨਾਂ ਦੇ ਉੱਤੇ ਛੋਟੇ ਟਾਈਮ ਤੋਂ ਹੀ ਉਹਨਾਂ ਨੂੰ ਸਿਖਾਇਆ ਜਾਂਦਾ ਸੀਗਾ ਕਿ ਨਹੀਂ ਕਰੋ ਆਪਣਾ ਕਰੋ ਯੂ نو ਯੂਰ ਯੂਰ ਅਡਲਟ ਤੁਸੀਂ ਆਪਣੇ ਆਪ ਨਾਲ ਕਰੋ ਹੁਣ ਉਹਨਾਂ ਨੇ ਕਿਹਾ ਕਿ ਯਾਰ देयर इज अ ਪੋਟੈਂਸ਼ੀਅਲ ਪੀਪਲ ਕੈਨ ਗਰੋ ਪੀਪਲ देयर ਲਾਈਕ ਮਿਲੀਅਨਸ ਆਫ ਥਿੰਗਸ ਆਊਟ देयर दैट पीपल ਕੈਨ ਲਰਨ ਬਟ ਆਦਰ ਬੀਇੰਗ ਸਕੂਲ ਪੇਰੈਂਟਸ অর ਸੋਸਾਇਟੀ Mm. They just put pressure on you and then downgrade you downgrade you so that you don't grow as as well and don't create opportunities. That's why men are becoming weaker these days. Exactly. And I think see, it's a very big uh, logic by the politicians to win to win in life because see, oh, up time एक एज ग्रुप तो बाद चाली पाँह साल की उम्र तो बाद राजनीति जाएक यू सी योर करंट प्रेजिडेंट जो बाइडन इज वेरी ओल्ड ठीक हैराक ओबामाज रेलेटिवलीवर एंडली देवर मोर इंटर इन कॉलेज एंड बराक गोइंग मोर इंटरैक्शन होंगे की है कि जब कोई यंग आ जाता है ना ਉਸ ਵੇਲੇ ਬਹੁਤ ਸਾਰੇ ਯੰਗਸਟਰਸ ਨੂੰ ਆਪਰਚੂਨਿਟੀਆਂ ਹੋਰ ਕ੍ਰੀਏਟ ਹੋ ਜਾਂਦੀਆਂ ਬਿਕਾਜ਼ ਯੰਗਸਟਰਸ ਨਾ ਟ੍ਰੈਂਡ ਫਾਲੋ ਕਰਦੇ ਆ ਹਮ ਬਜ਼ੁਰਗ ਨਹੀਂ ਕਰਦੇ ਯੰਗਸਟਰ ਜੇ ਅੱਜ ਗੈਟ ਰੈਡੀ ਵਿਦ ਮੀ ਬਣਾ ਰਿਹਾ ਤਾਂ ਸਾਰੇ ਯੰਗਸਟਰਸ ਗੈਟ ਰੈਡੀ ਵਿਦ ਮੀ ਬਣਾਉਣ ਲੱਗ ਜਾਣਗੇ ਜੇ ਕੋਈ ਇੱਕ ਪੋਡਕਾਸਟ ਕਰ ਰਿਹਾ ਤਾਂ ਸਾਰੇ ਪੋਡਕਾਸਟਿੰਗ ਚ ਆ ਜਾਣਗੇ ਯੰਗਸਟਰਸ ਆਰ ਟ੍ਰੈਂਡ ਫਾਲੋਅਰਸ ਐਂਡ ਆਲਸੋ ਔਨ ਡਿਜੀਟਲ ਪਲੈਟਫਾਰਮਸ ਟੂਡੇ ਵੀ ਆਰ ਦਾ ਟ੍ਰੈਂਡ ਸੈਟਰਸ ਉਹ ਐ ਦਰਦੇ ਆ ਉਹ ਤੁਹਾਨੂੰ ਇਸ ਲਈ ਆਪਰਚੂਨਿਟੀਆਂ ਨਹੀਂ ਦਿੰਦੇ ਤੁਹਾਡੇ ਹੱਥ ਐਸਲੀ ਡਿਸੀਜਨ ਮੇਕਿੰਗ ਨਹੀਂ ਦਿੰਦੇ ਬਿਕਾ ਪੋਲਿਟਿਕਸ ਦੇ ਵਿੱਚ ਸਕਸੈਸਫੁਲ ਹੋ ਗਏ ਤੇ ਦੁਨੀਆ ਭਾਗਲ ਹੋ ਜਾਏਗੀ ਸਾਰੀ ਦੁਨੀਆ ਦੇ ਯੰਗਸਟਰ ਰਾਜਨੀਤੀ ਚ ਆ ਜਾਣਗੇ ਫਿਰ ਇਹਨਾਂ ਨੂੰ ਕੌਣ ਪੁੱਛੇਗਾ ਹਮ ਹੈਂਸ ਦੇ ਡੋਨਟ ਵਾਂਟ ਟੂ ਗਿਵ ਥੈਟ ਬਿਕਾਜ਼ ਦੇ نو ਕਿ ਜੇ ਦੋ ਯੰਗਸਟਰਸ ਵੀ ਕਿਲ ਕਰ ਗਏ ਇਨ ਪੋਲਿਟਿਕਸ ਲਾਈਕ ਇਫ ਦੇ ਬਿਕਮ ਵੈਰੀ ਸਟਰੋਂਗ ਇਨ ਪੋਲਿਟਿਕਸ ਆ 25 ਇਅਰ 올ਡ অর 30 ਇਅਰ 올ਡ ਸੱਡਨਲੀ ਯੂਲ ਸੀ 올 ਦਾ 20 ਟੂ 30 ਇਅਰ 올ਡਸ ਮੇਕਿੰਗ ਇਟ ਐਟ ਥੈਟ ਸਟੇਜ ਐਂਡ ਥਿਸ ਇਜ਼ ਵਾਟ ਦੇ ਡੂ ਨਾਟ ਵਾਂਟ ਬਿਕਾਜ਼ ਵਾਟ ਵਿਲ ਦੇ ਡੂ ਦੈਨ ਤਾਂ ਉਹਨਾਂ ਦੀ ਦੁਕਾਨ ਬੰਦ ਹੁੰਦੀ ਹੈ ਐਸੇ ਲਈ ਇਹ ਇਹ ਇੱਕ ਸਿਸਟਮ ਚੱਲਦਾ ਆ ਰਿਹਾ ਹੁਣ ਇਹਨੂੰ ਤੋੜ ਕੌਣ ਸਕਦਾ ਹੈ ਇਹਨੂੰ ਤੋੜ ਸਕਦੇ ਆ ਯੰਗਸਟਰਸ ਇੰਨਾ ਸਮਝ ਕੇ ਮੈਂ ਇੱਕ ਬੇਸਿਕ ਗੱਲ ਕਹਿਣਾ ਹੁੰਦਾ ਐਂਡ ਥਿਸ ਇਜ਼ ਭਗਤ ਸਿੰਘ ਦੇ ਹੀ ਇਹ ਕੋਟਸ ਦੇ ਵਿੱਚੋਂ ਆਂਦਾ ਕਿ ਇਫ ਯੂ ਡੋਨਟ ਟੇਕ ਇੰਟਰਸਟ ਇਨ ਪੋਲਿਟਿਕਸ ਪੋਲਿਟਿਕਸ ਵਿਲ ਤੁਸੀਂ ਚਾਹੋ ਜਾਂ ਨਾ ਚਾਹੋ ਰਾਜਨੀਤੀ ਤੁਹਾਡੇ ਵਿੱਚ ਹਰ ਵੇਲੇ ਇੰਟਰਸਟ ਲੈ ਰਹੀ ਹੈ ਤੁਸੀਂ ਪੜੋਗੇ ਕਿੱਥੇ ਤੁਹਾਨੂੰ ਜੌਬ ਤੇ ਕਿੰਨਾ ਪੈਸਾ ਮਿਲੇਗਾ ਤੁਹਾਡੇ ਕਿੰਨੇ ਮਿਨੀਮਮ ਆਵਰਸ ਹੋਣਗੇ ਇਹ ਸਭ ਕੁਝ ਡਿਸਾਈਡ ਪੋਲਿਟਿਕਸ ਕਰ ਰਹੀ ਹੈ ਤਾਂ ਤੁਸੀਂ ਚਾਹੋ ਜਾਂ ਨਾ ਚਾਹੋ ਰਾਜਨੀਤੀ ਦਾ ਤੁਹਾਡੇ ਚ ਇੰਟਰਸਟ ਲੈ ਰਹੀ ਹੈ ਹੁਣ ਯੂ ਕੈਨ ਆਈਦਰ ਇਗਨੋਰ ਇਟ অর ਟੇਕ ਇੰਟਰਸਟ ਇਨ ਇਟ ਸੋ ਥੈਟ ਯੂ ਕੈਨ ਫੁਲੀ ਯੂਟਿਲਾਈਜ਼ ਇਟ ਤਾਂ ਮੈਂ ਯੰਗਸਟਰਸ ਨੂੰ ਇਹ ਕਹਿੰਦਾ ਸਮਝਾਉਣਾ ਨਾ ਕਿ ਟੇਕ ਇੰਟਰਸਟ ਇਨ ਵਾਟ ਇਜ਼ ਹੈਪਨਿੰਗ ਅਰਾਊਂਡ ਦ ਵਰਲਡ ਸਿੱਖੋ ਦੁਨੀਆ ਦੇ ਆਸ-ਪਾਸ ਕੀ ਹੋ ਰਿਹਾ ਹੈ ਹਾਰ ਮੰਨਣ ਦੀ ਨਹੀਂ ਲੋੜ ਨਹੀਂ ਹੁੰਦੀ ਅੱਜ ਕੱਲ ਯੰਗਸਟਰਸ ਪੰਜਾਬ ਦੇ ਵਿੱਚ ਖਾਸ ਤੌਰ ਤੇ ਕਿਉਂਕਿ ਇਹ ਪੰਜਾਬੀ ਵਿੱਚ ਪੋਡਕਾਸਟ ਕਰ ਰਹੇ ਆ ਮੈਂ ਹਰ ਪੰਜਾਬੀ ਯੰਗਸਟਰ ਨੂੰ ਇਹ ਸਵਾਲ ਕਰਨਾ ਚਾਹੁੰਦਾ ਅਸੀਂ ਕੀ ਸੋਚ ਕੇ ਬਾਹਰ ਭੱਜ ਰਹੇ ਆ ਅਸੀਂ ਕਿਉਂ ਅਸੀਂ ਇਹ ਕਹਿ ਰਹੇ ਆ ਜਦ ਵੀ ਮੈਂ ਕਿਸੇ ਯੰਗਸਟਰ ਨੂੰ ਜੋ ਕੈਨੇਡਾ ਜਾਂ ਯੂਐਸ ਜਾ ਰਿਹਾ ਮੈਂ ਉਹਨਾਂ ਨੂੰ ਪੁੱਛਦਾ ਕਿ ਤੁਸੀਂ ਕਿਉਂ ਜਾ ਰਹੇ ਹੋ ਉਹ ਕਹਿੰਗੇ ਇੱਥੇ ਕੀ ਪਿਆ ਇੱਥੇ ਕੀ ਹੈ ਪੰਜਾਬ ਚ ਰਹਿ ਹੀ ਕੀ ਗਿਆ ਕੀ ਕਰੀਏ ਤੇ ਮੈਂ ਉਹਨਾਂ ਨੂੰ ਇੱਕੋ ਸਵਾਲ ਕਰਦਾ ਉਹਨਾਂ ਕਿ ਯਾਰ ਹਾਊ ਸਿਲੀ ਆਰ ਵੀ ਵੈਨ ਵੀ ਆਸਕ ਦਿਸ ਕੁਐਸਚਨ ਕਿ ਪੰਜਾਬ ਚ ਕੀ ਹੀ ਪਿਆ ਸਾਡੇ ਦਾਦੇ ਪਾਕਿਸਤਾਨ ਤੋਂ ਆਏ ਸੀ ਪੰਜਾਬ 'ਚ ਵਿਦਆਊਟ ਐਨੀ ਮਨੀ ਵਿਦਆਊਟ ਐਨੀ ਕਲੋਥਸ ਵਿਦਆਊਟ ਐਨੀ ਰੂਫ ਔਨ देयर ਹੈਡ ਨਾ ਘਰ ਸੀ ਨਾ ਪੈਸਾ ਸੀ ਨਾ ਗੱਡੀ ਸੀ ਨਾ ਰੋਟੀ ਸੀ ਨਾ ਕੱਪੜੇ ਸੀ ਉਥੋਂ ਦੀ ਸਾਡੇ ਦਾਦੇ ਦਾਦੀਆਂ ਨੇ ਮਿਲ ਕੇ Empire ਖੜੇ ਕੀਤੇ ਟ੍ਰਾਂਸਪੋਰਟ ਨੂੰ ਪੂਰੇ ਇੰਡੀਆ ਦੇ 70% ਟ੍ਰਾਂਸਪੋਰਟ ਨੂੰ ਇੱਕ ਟਾਈਮ ਤੇ ਪੰਜਾਬੀ ਜ਼ੋਨ ਕਰਦੇ ਸੀ ਫਾਰਮਿੰਗ ਨੂੰ ਪੂਰੇ ਇੰਡੀਆ ਦੇ ਅਸੀਂ ਟੇਕਓਵਰ ਕਰ ਲਿਆ ਗ੍ਰੀਨ ਰੈਵੋਲੂਸ਼ਨ ਅਸੀਂ ਕ੍ਰੀਏਟ ਕਰ ਲਈ ਫੈਕਟਰੀ ਅਸੀਂ ਬਣਾ ਲਈਆਂ ਲੁਧਿਆਣੇ ਵਰਗਾ ਸ਼ਹਿਰ ਪੂਰੇ ਦੁਨੀਆ ਨੂੰ ਕੱਪੜੇ ਪਹੁੰਚਦਾ ਵੀ ਆ ਦਾ బిਗੇਸਟ ਕ੍ਰੀਏਟਰ ਆਫ ਹੋਜ਼ਰੀ ਪ੍ਰੋਡਕਟਸ ਅਮਰitsar ਸਾਰੇ ਦੁਨੀਆ ਨੂੰ ਕਲਚਰਲ ਚੀਜ਼ਾਂ ਸਿਖਾਉਂਦਾ ਹੈ ਅੱਜ ਵੀ ਕਲਚਰਲ ਹਬ ਇਹ ਪੂਰੇ ਇੰਡੀਆ ਦਾ ਅਮਰitsar ਹੈ ਐਸ ਸਾਰੀਆਂ ਚੀਜ਼ਾਂ ਨੂੰ ਜਦ ਤੁਸੀਂ ਦੇਖੋ ਜੇ ਉਸ ਵੇਲੇ ਐਨੇ ਬੁਰੇ ਹਾਲਾਤਾਂ ਦੇ ਵਿੱਚ ਰੈਫਿਊਜੀਸ ਹੋ ਕੇ ਆਏ ਸੀ ਤੇ ਇੰਨਾ ਕੁਝ ਕ੍ਰੀਏਟ ਕਰਕੇ ਉਸ ਤੋਂ ਅਗਲੀ ਪੀੜ੍ਹੀ ਸਾਡੇ ਫਾਦਰਸ ਦੀ ਜਨਰੇਸ਼ਨ ਪੰਜਾਬੀ ਦੇ ਵੈਂਟ ਥਰੂ ਦਾ ਮੋਸਟ ਡਿਫਿਕਲਟ ইয়ারਸ এনি স্টেট কুড এভার গো ਥਰੂ 20 ইয়ার্স অফ ইনসারਜেন্সি 20 ইয়ার্স অফ মিলিটেন্সি 20 ইয়ার্স অফ জেনোসাইড ওਦੇ ਵਿੱਚੋਂ ਲੰਘ ਕੇ ਸਾਡੇ প্যারেন্টস ਨੇ ਸਾਨੂੰ ਇੱਕ ਐਨੀ ਲੈਵਿਸ਼ ਲਾਈਫਸਟਾਈਲ ਦਿੱਤੀ ਆ ਹਮ ਇਫ ਦੇ ফর ਗ੍ਰੈਂਡਪੈਰেন্টস কুড డు ইট ইফ ਆਰ প্যারেন্টস কুড డు ইট ਤੇ ਅਸੀਂ ਤਾਂ ਯਾਰ ਬਹੁਤ ਹੀ ਪੈਂਪਰਡ ਆ ਸਾਡੇ ਕੋਲ ਤਾਂ ਸਭ ਕੁਝ ਹੈ ਵੀ ਯਾਰ ਲਿਵਿੰਗ ਇਨ ਦਾ ਮੋਸਟ ਪੀਸਫੁਲ 에ਰਾ ਆਫ ਪੰਜਾਬ ਐਵਰ ਤੇ ਜੇ ਅਸੀਂ ਹੁਣ ਵੀ ਕਹਿੰਨੇ ਆ ਕਿ ਪੰਜਾਬ ਚ ਰਹਿ ਹੀ ਕੀ ਗਿਆ ਦੈਨ ਵੀ ਆਰ ਜਸਟ ਮੇਕਿੰਗ ਐਨ ਐਕਸਕਿਊਜ਼ ਟੂ ਬੀ ਲੇਜੀ ਅਸੀਂ ਸਿਰਫ ਆਪਣੇ ਆਲਸ ਦਾ ਇੱਕ ਸਿੰਬਲ ਪੇਸ਼ ਕਰ ਰਹੇ ਆ ਐਂਡ ਕੈਨੇਡਾ ਨੂੰ ਅਸੀਂ ਇੱਕ ਈਜ਼ੀ ਐਸਕੇਪ ਬਣਾ ਕੇ ਭੱਜ ਰਹੇ ਆ ਦੈਟ ਇਜ਼ ਇਟ ਨਾਥਿੰਗ ਐਲਸ ਨਾਥਿੰਗ ਮੋਰ ਜੀਨੇ ਮਿਹਨਤ ਕਰਨੀ ਹੈ ਉਹਨੇ ਪੰਜਾਬ ਦੇ 100 ਸਾਲ ਪਹਿਲਾਂ ਜਦ ਅੰਗਰੇਜ਼ਾਂ ਦਾ ਰਾਜ ਸੀ ਉਦੋਂ ਵੀ ਮਿਹਨਤ ਕਰਕੇ ਪੈਸਾ ਬਣਾਇਆ ਸਾਡੇ ਦਾਦਿਆਂ ਨੇ ਰੈਫਿਊਜੀ ਟਾਈਮ ਰੈਫਿਊਜੀ ਹੋ ਕੇ ਵੀ ਪੈਸਾ ਬਣਾਇਆ ਮਾਈਗ੍ਰੇਸ਼ਨ ਤੋਂ ਬਾਅਦ ਵੀ ਪੈਸਾ ਬਣਾਇਆ ਸਾਡੇ ਪੇਰੈਂਟਸ ਨੇ ਇਨਸਰਜੈਂਸੀ 'ਚ ਬਣਾਇਆ ਜੇ ਅਸੀਂ ਹੁਣ ਨਹੀਂ ਬਣਾ ਸਕਦੇ ਥੈਟ ਮੀਨਸ ਕਮੀ ਸਾਡੇ 'ਚ ਹੈ ਪੰਜਾਬ ਤਾਂ ਉੱਥੇ ਹੀ ਘੜਾ ਇਨਫੈਕਟ ਪੰਜਾਬ 'ਚ ਓਪਰਚੁਨਿਟੀਆਂ ਵਧੀਆਂ ਐ ਕਿਉਂਕਿ ਐਨੇ ਸਾਰੇ ਲੋਕ ਬਾਹਰ ਚਲੇ ਗਏ ਹੁਣ ਪੰਜਾਬ 'ਚ ਇੱਕ ਬਹੁਤ ਵੱਡਾ ਪੈਸਾ ਰਿਵੋਲਵ ਕਰਦਾ ਜੋ ਗਿਣਤੀ 'ਚ ਨਹੀਂ ਆਂਦਾ ਲਾਈਕ ਪੰਜਾਬ ਦੀ ਜੀਡੀਪੀ ਦੇ ਵਿੱਚ ਕਾਊਂਟ ਨਹੀਂ ਹੁੰਦਾ ਮੰਨ ਲਓ ਤੁਸੀਂ ਹਉ ਤੁਹਾਡੇ ਕੁਝ ਰਿਲੇਟਿਵਸ ਇੰਡੀਆ ਰਹਿੰਦੇ ਐ ਤੁਸੀਂ ਉਹਨਾਂ ਨੂੰ ਥੋੜੇ-ਬਹੁਤ ਪੈਸੇ ਭੇਜਦੇ ਹੋ ਹਮ ਹ ਉਹ ਜੀਡੀਪੀ 'ਚ ਨਹੀਂ ਕਾਊਂਟ ਹੁੰਦੇ ਕਿ ਪੰਜਾਬ ਦੀ ਜੀਡੀਪੀ ਕੀ ਐ but there's a lot of money that is being revolved بچے ਆਪਣੇ ਮਾਪੇ ਨੂੰ ਬਾਹਰੋਂ ਬਹੁਤ ਪੈਸੇ ਭੇਜ ਚੁੱਕੇ ਹੈ ਬਹੁਤ سارے ਲੋਕ ਰਿਸ਼ਤੇਦਾਰ ਬਾਹਰੋਂ ਪੈਸਾ ਭੇਜਦੇ ਇੱਕ ਬਹੁਤ ਵੱਡੀ ਅਮਾਉਂਟ ਪੰਜਾਬ ਦੇ ਵਿੱਚ ਹੈ ਤੇ ਪੰਜਾਬ ਦੇ ਵਿੱਚ ਬਹੁਤ ਓਪਰਚ्युनिटीज ਹੈ ਕਿਉਂਕਿ ਬਹੁਤ ਸਾਰੇ ਲੋਕ ਬਾਹਰ ਜਾ ਚੁੱਕੇ ਹੈ ਹੁਣ ਜਿਹੜੇ ਇੱਥੇ ਰਹਿ ਗਏ ਉਹ ਖਾਲੀ-ਖਾਲੀ ਹੋ ਗਿਆ ਹੁਣ ਤਾਂ ਮੌਕੇ ਹੀ ਮੌਕੇ ਆ ਸਿਰਫ ਤੇ ਸਿਰਫ ਅਸੀਂ ਅਸੀਂ ਨਾ ਆਪਣੇ ਆਪ ਨੂੰ ਇਨਵੈਲੀਡੇਟ ਕਰ ਰਹੇ ਹਾਂ ਕਿ ਐ ਕਿ ਐ ਕੁਝ ਹੈ ਨਹੀਂ ਜੇ ਅਸੀਂ ਸੱਚੀ ਜੇ ਸੱਚੀ ਅਸੀਂ ਮੰਨਦੇ ਆ ਪੰਜਾਬੀ ਯੋਗੀ ਪੰਜਾਬੀ ਪੋਡਕਾਸਟ ਆ ਮੈਂ ਫਿਰ ਕਹਿ ਰਿਹਾ ਜੇ ਤੁਸੀਂ ਸੱਚੀ ਅਸੀਂ ਮੰਨਦੇ ਆ ਕਿ ਅਸੀਂ ਪੰਜਾਬ ਦੇ ਜੰਮੇ ਹੈਗੇ ਆ ਤੇ ਪੰਜਾਬ ਗੁਰੂਆਂ ਦੀ ਧਰਤੀ ਹੈ ਜਿਵੇਂ ਅਸੀਂ ਲਿਖਦੇ ਆ ਰਹੇ ਆ ਤੇ ਜੇ ਅਸੀਂ ਫਿਰ ਵੀ ਇਹ ਕਹਿ ਰਹੇ ਆ ਕਿ ਪੰਜਾਬ ਚ ਕੁਝ ਨਹੀਂ ਬਚਿਆ ਤੇ ਅਸੀਂ ਆਲਸੀ ਆ ਹੋਰ ਕੁਝ ਨਹੀਂ ਹੈ ਇਹੀ ਸੱਚ ਹੈ ਮੈਂ ਇਹ ਸਿਚਾ ਦਿਖਾਣਾ ਚਾਹੁੰਦਾ ਇਹ ਵੀ ਮੈਂ ਵੀ ਬਹੁਤ ਸੋਚਿਆ ਕਿ ਯੂ ਨੋ ਜਦ ਦੀ ਜਦ ਸਾਡੇ ਜਨਰੇਸ਼ਨ ਅੱਗੇ ਵੱਧੇ ਜਾ ਰਹੀ ਹੈ ਅਸੀਂ ਬਹੁਤ ਪੈਂਪਰਡ ਹੋਏ ਜਾ ਰਹੇ ਆ कमजोर ਹੋਈ ਜਾ ਰਹਾ ਹੈ ਤੇ ਇਸ ਦਾ ਇੱਕ ਹੀ ਤੋੜ ਹੈ 멘ਟਲ ਸਟਰੈਂਥ ਹੁਣ ਉਹ 멘ਟਲ ਸਟਰੈਂਥ ਕਿੱਦਾਂ ਆਵੇ ਕੋਈ ਸਕੂਲ ਤੁਹਾਨੂੰ ਨਹੀਂ ਸਿਖਾਇਆ ਜਾਂਦਾ ਕਿ 멘ਟਲੀ ਕਿੱਦਾਂ ਸਟਰੋਂਗ ਹੋਣਾ ਅਸਾਂ ਨੂੰ ਕੋਈ ਨਿੱਕੀ ਜੀ ਪ੍ਰੋਬਲਮ ਆਂਦੀ ਆਸੀਂ ਉਹਨੂੰ ਇੰਨਾ ਵੱਡਾ ਕਰ ਦਿੰਦੇ ਆ ਤੇ 멘ਟਲ ਸਟਰੈਂਥ ਕਿੱਦਾਂ ਆਵੇ ਮੈਨੂਅਲ ਲੱਗਦਾ ਸਾਨੂੰ ਕੋਈ ਵੀ ਚੀਜ਼ ਕਿੱਦਾਂ ਆਂਦੀ ਆ ਆ ਸਾਨੂੰ ਕੋਈ ਵੀ ਚੀਜ਼ ਲਾਈਫ ਇਜ਼ ਅ ਪ੍ਰੈਕਟਿਸ ਮੈਨ ਲੱਗਦਾ ਹੈ ਕਿ ਲਾਈਫ ਚ ਕੁਝ ਵੀ ਤੁਸੀਂ ਕਰਦੇ ਹੋ ਨਾ ਇਟਸ ਇਟਸ ਅ ਪ੍ਰੈਕਟਿਸ ਤੁਹਾਨੂੰ ਸਾਈਕਲ ਚਲਾਣਾ ਕਿੱਦਾਂ ਆਂਦਾ ਜਦ ਤੱਕ ਤੁਸੀਂ ਸਾਈਕਲ ਤੋਂ ਡਿੱਗੋਗੇ ਨਹੀਂ ਤੁਹਾਨੂੰ ਸਾਈਕਲ ਚਲਾਣਾ ਨਹੀਂ ਆਏਗਾ ਤੁਹਾਨੂੰ ਭਾਸ਼ਾ ਬੋਲਣੀ ਕਿਵੇਂ ਆਂਦੀ ਹੈ ਜਦ ਤੱਕ ਤੁਸੀਂ ਤੋਤਲੀ ਭਾਸ਼ਾ ਨਹੀਂ ਬੋਲੋਗੇ ਤੁਹਾਨੂੰ ਕਿਵੇਂ ਬੋਲਣੀ ਆਏਗੀ ਜੇ ਕੋਈ ਪੰਜਾਬੀ ਨੇਟਿਵ ਹੈ ਤੇ ਉਹਨੂੰ ਇੰਗਲਿਸ਼ ਬੋਲਣੀ ਕਿਵੇਂ ਆਏਗੀ ਜਦ ਤੱਕ ਉਹ ਗਲਤ ਇੰਗਲਿਸ਼ ਬੋਲਣ ਦਾ ਜਿਗਰਾ ਨਹੀਂ ਰੱਖੇਗਾ ਪਬਲਿਕ ਚ ਗਲਤੀਆਂ ਕਰਨ ਦਾ ਜਿਗਰਾ ਨਹੀਂ ਰੱਖੇਗਾ ਤਾਂ ਉਹਨੂੰ ساری ਜ਼ਿੰਦਗੀ ਇੰਗਲਿਸ਼ ਬੋਲਣੀ ਨਹੀਂ ਆਏਗੀ ਜਦ ਤੱਕ ਕੋਈ ਨੇਟਿਵ ਅਮਰੀਕਨ ਪੰਜਾਬੀ ਗਲਤ ਪੰਜਾਬੀ ਬੋਲਣ ਦਾ ਜਿਗਰਾ ਨਹੀਂ ਰੱਖੇਗਾ ਉਹਨੂੰ ساری ਜ਼ਿੰਦਗੀ ਪੰਜਾਬੀ ਸਹੀ ਬੋਲਣੀ ਨਹੀਂ ਆਏਗੀ ਉਵੇਂ ਹੀ 멘ਟਲ ਸਟਰੈਂਥ ਲੈਣਾ ਸਭ ਤੋਂ ਪਹਿਲਾਂ ਆਪਣੇ ਕੰਫਰਟ ਜ਼ੋਨ ਚੋਂ ਨਿਕਲਣਾ ਪਏਗਾ ਸਭ ਤੋਂ ਪਹਿਲਾਂ ਆਪਣੇ ਕੰਫਰਟ ਜ਼ੋਨ ਚੋਂ ਨਿਕਲ ਕੇ ਆਪਣੇ ਆਪ ਨੂੰ ਸ਼ਾਬਾਸ਼ੀ ਦੇਣੀ ਪਵੇਗੀ ਆਪਣਾ ਹੱਥ ਘੜਾ ਕਰਕੇ ਕਿ ਯੂ ਆਰ ਅ ਗੁੱਡ ਹਿਊਮਨ ਨਾਓ ਗੋ ਦ ਵਰਲਡ ਇਜ਼ ਯੋਰਸ ਟੂ ਕਾਂਕਰ ਇਹ ਦੁਨੀਆ ਤੇਰੀ ਹੈ ਨਿਕਲੋ ਬਾਹਰ ਗਲਤੀਆਂ ਕਰੋ ਦੁਨੀਆ ਇੰਨੀ ਮਾੜੀ ਹੈ ਨਹੀਂ ਜਿੰਨੀ ਅਸੀਂ ਸੋਚਦੇ ਆ ਲੋਕ ਹੈਲਪ ਕਰਦੇ ਆ ਲੋਕ ਮੈਂਟਰਸ਼ਿਪ ਦਿੰਦੇ ਆ ਲੋਕ ਕੋਚਿੰਗਸ ਦਿੰਦੇ ਆ ਲੋਕ ਨੈਟਵਰਕ ਦਿੰਦੇ ਆ ਅਸੀਂ ਲੈਂਦੇ ਨਹੀਂ ਅਸੀਂ ਡਰਦੇ ਰਹਿੰਨੇ ਆ ਅਸੀਂ ਆਪਣੇ ਕੰਫਰਟ ਜ਼ੋਨ 'ਚ ਬੈਠੇ ਆ ਮੈਂਟਲ ਸਟਰੈਂਥ ਹਮੇਸ਼ਾ ਲੋਕ ਤਿੰਨ ਤਰ੍ਹਾਂ ਆ ਸਕਦੀ ਹੈ ਜਾਂ ਅਸੀਂ ਗਲਤੀ ਕਰਕੇ ਸਿੱਖੀਏ ਜਾਂ ਜਿਨ੍ਹਾਂ ਨੇ ਗਲਤੀਆਂ ਕੀਤੀਆਂ ਅਸੀਂ ਉਹਨਾਂ ਨੂੰ ਆਪਣਾ ਕੋਚ ਬਣਾ ਲਈਏ ਮੈਂਟਰਸ਼ਿਪ ਲਈਏ ਰਾਈਟ ਤੇ ਤੀਜੀ ਮੈਂਟਲ ਸਟਰੈਂਥ ਸਿਰਫ ਤੇ ਸਿਰਫ ਉਦੋਂ ਆ ਸਕਦੀ ਹੈ ਜਦ ਅਸੀਂ ਬਹੁਤ ਵੱਡੇ ਫਾਈਨੈਂਸ਼ੀਅਲ ਸਟਰਗਲ ਤੋਂ ਨਿਕਲਦੀ ਹੋਈ ਸਰਵਾਈਵਲ ਤੇ ਗੱਲ ਆਈ ਹੋਵੇ ਕਿ ਮੇਰੇ ਕੋਲ ਕੋਈ ਆਪਸ਼ਨ ਹੀ ਨਹੀਂ ਹੈ ਸਰਵਾਈਵ ਕਰਨ ਤੋਂ ਇਲਾਵਾ ਜੇ ਤੁਹਾਡੇ ਘਰ 'ਚ ਸਰਵਾਈਵਲ ਦਾ ਇਸ਼ੂ ਨਹੀਂ ਹੈ ਤਾਂ ਤੁਹਾਨੂੰ ਦੋ 'ਚੋਂ ਇੱਕ ਰਸਤੇ 'ਚ ਚੁਣਨੇ ਪੈਣਗੇ ਜਾਂ ਸਹੀ ਲੋਕਾਂ ਨਾਲ ਆਪਣੀ ਮੈਂਟਰਸ਼ਿਪ ਲੈਣੀ ਪਵੇਗੀ ਤੇ ਜਾਂ ਆਪ ਗਲਤੀਆਂ ਕਰ ਕਰਕੇ ਸਿੱਖਣਾ ਪਵੇਗਾ ਤੇ ਹਰ ਬੰਦੇ ਨੂੰ ਅੱਛਾ ਮੈਂਟਰ ਨਹੀਂ ਮਿਲੇਗਾ ਹਰ ਬੰਦੇ ਨੂੰ ਅੱਛਾ ਕੋਚ ਨਹੀਂ ਮਿਲੇਗਾ ਇਸ ਲਈ ਬੈਸਟ ਆਪਸ਼ਨ ਹੈ ਕਿ ਆਪਣੀਆਂ ਗਲਤੀਆਂ ਕਰਨੀਆਂ ਸਿੱਖੋ ਨਿਕਲੋ ਆਈਡੀਆ ਜਿਹੜੇ ਸੁਪਨੇ 'ਚ ਬੈਠੇ ਆਈਡੀ ਜਿਹੜੇ ਰਾਤੀ ਬੈਠੇ ਆਂ ਕਈ ਵਾਰੀ ਅੱਛਾ ਆਈਡੀਆ ਆਉਂਦਾ ਨਾ ਕਿ ਯਾਰ ਮੈਂ ਆਪ ਬਿਜ਼ਨਸ ਕਰ ਲਾਂ ਮੈਂ ਆਹ ਕਰ ਲਾਂ ਉਹਦੇ ਤੇ ਐਕਟ ਕਰੀਏ ਕਿਉਂਕਿ ਬਹੁਤੀ ਵਾਰੀ ਹੁੰਦਾ ਸੀ ਐਕ ਕਰਦੇ ਨਹੀਂ ਫਿਰ ਸਾਲ ਬਾਅਦ ਕੋਈ ਹੋਰ ਕਰ ਲੈਂਦਾ ਫਿਰ ਕਹਿੰਦੇ ਯਾਰ ਸ਼ਿਟ ਮੈਨੂੰ ਆਈਡੀਆ ਆਇਆ ਸੀ ਮੈਂ ਕਰਨਾ ਸੀ ਐਕਟ ਕਰੀਏ ਗਲਤ ਵੋਟ ਵਰਸ ਕੈਨ ਹੈਪ ਵੋਟ ਕੈਨ ਵੋਟ ਵਰਸ ਕੈਨ ਹੈਪ ਗਲਤ ਹੋ ਜੂਗਾ ਫੇਲ ਹੋ ਜੂਗਾ ਆਈਡੀਆ ਲਾਈਕ ਸਟਿਲ ਬੈਟਰ ਦੈਨ ਨਾਟ ਡੂਇੰਗ ਇਟ ਅਸੀਂ ਫੇਲਿਅਰ ਤੋਂ ਬਹੁਤ ਡਰਦੇ ਹਾਂ ਬਹੁਤ ਡਰਦੇ ਹਾਂ ਐਂਡ ਉਹ ਕਾਰਨ ਇਹੀ ਹੈ ਕਿ ਮੈਂਟਲ ਸਟਰੈਂਥ ਨਹੀਂ ਹੈ ਮੈਂਟਲ ਸਟਰੈਂਥ ਹੁੰਦੀ ਤਾਂ ਅਸੀਂ ਫੇਲਿਅਰ ਤੋਂ ਨਾ ਡਰਦੇ ਹੁੰਦੇ ਮੈਨੂੰ ਇਹ ਲੱਗਦਾ ਹੈ ਕਿ ਸਾਰੀਆਂ ਚੀਜ਼ਾਂ ਦਾ ਸੋਰਸ ਹੈ ਸੈਲਫ ਲਵ ਜੇ ਤੁਸੀਂ ਆਪਣੇ ਆਪ ਨੂੰ ਪਿਆਰ ਕਰਦੇ ਹੋ ਜੇ ਤੁਸੀਂ ਆਪਣੀਆਂ ਕੁਆਲਿਟੀਆਂ ਨੂੰ ਪਛਾਣਦੇ ਹੋ ਨਾ ਤੁਸੀਂ ਫੇਲਰ ਤੋਂ ਡਰੋਗੇ ਤੇ ਨਾ ਹੀ ਤੁਸੀਂ ਰਿਸਕ ਤੋਂ ਡਰੋਗੇ ਕਿਉਂਕਿ ਤੁਹਾਨੂੰ ਪਤਾ ਹੋਏਗਾ ਕਿ ਲਾਈਫ ਦੇ ਵਿੱਚ ਕੁਝ ਵੀ ਹੋ ਜੇ ਨਾ ਮੈਂ ਸਰਵਾਈਵ ਤਾਂ ਕਰ ਹੀ ਲਵਾਂਗਾ ਗੁਰਬਾਣੀ ਬਹੁਤ ਸੋਹਣਾ ਕਹਿੰਦੀ ਹੈ ਕਿ ਸਾਂਝ ਕਰੀ ਜਾਏ ਗੁਣਾ ਕੇਰੀ ਛੋੜ ਆਉ ਗੁਣ ਚੱਲਿਆ ਕਿ ਯਾਰ ਆਪਣੀਆਂ ਅਸੀਂ ਨਾ ਬੈਡ ਕੁਆਲਿਟیز ਨੂੰ ਬੜਾ ਵੱਧ ਚੜ ਕੇ ਦੱਸਦੇ ਆ ਯਾਰ ਮੈਨੂੰ ਇਨਸੋਮਨੀਆ ਹੈ ਮੈਨੂੰ ਜਾਂ ਫਿਰ ਮੰਨ ਲਓ ਕੋਈ ਕੋਈ ਸਾਨੂੰ ਡਿਸਆਰਡਰ ਹੈ ਲੈਟਸ ਸੇ ਮੈਨੂੰ OCD ਹੈ ਜਾਂ ਮੈਨੂੰ OCD ਹੈ ਮੈਨੂੰ OCD ਹੈ ਮੈਨੂੰ OCD ਹੈ ਜਿਹੜੀ ਚੀਜ਼ ਤੇ ਫੋਕਸ ਕਰੋਗੇ ਉਹ ਵੱਡੀ ਹੁੰਦੀ ਜਾਏਗੀ ਗੁਰਬਾਣੀ ਕਹਿੰਦੀ ਸਾਂਝ ਕਰੀ ਜਾ ਗੁਣਾ ਕਰੀ ਆਪਣੇ ਜਿਹੜੇ ਗੁਣ ਆ ਆਪਣੇ ਜਿਹੜੀ ਤੁਹਾਡੇ ਕੁਆਲਿਟیز ਹੈ ਉਹਨਾਂ ਦੇ ਨਾਲ ਡਿਸਕਸ਼ਨ ਕਰੋ ਉਹਨਾਂ ਦੇ ਬਾਰੇ ਸੋਚੋ ਉਹਨਾਂ ਤੇ ਫੋਕਸ ਕਰੋ ਛੋੜ ਆਗੁਣ ਚੱਲੀ ਐ ਆਪਣੇ ਜਿਹੜੇ ਬੈਡ ਕੁਆਲਟੀਜ਼ ਐ ਜੋ ਵੀ ਤੁਹਾਡੇ ਅਮਾਰੀਆਂ ਚੀਜ਼ਾਂ ਉਹਨੂੰ ਇੱਕ ਮਿੰਟ ਲਈ ਸਾਈਡ ਤੇ ਰੱਖੋ ਛੱਡੋ ਐਂਡ ਫੋਕਸ ਔਨ ਵਾਟਸ ਗੁੱਡ ਇਨ ਯੂ ਉਹ ਵੱਡਾ ਹੋ ਜਾਏਗਾ ਜੇਸੀਂ ਆਪਣੇ ਆਪ ਨੂੰ ਪਿਆਰ ਕਰਨ ਲੱਗ ਗਏ ਨਾ ਜੇਸੀਂ ਆਪਣੇ ਗੁਣਾਂ ਦੀ ਸਾਂਝ ਪਾ ਲਈ ਸਾਡੀ ਲਾਈਫ ਬਹੁਤ ਸੌਖੀ ਹੋ ਜਾਏ ਆਪਣੇ ਆਪ ਨਾਲ ਕਿਦਾਂ ਪਿਆਰ ਕਰੀਏ ਆਪਣੇ ਆਪ ਨਾਲ ਪਿਆਰ ਕਰਨ ਦਾ ਬੈਸਟ ਤਰੀਕਾ ਹੈ ਅਗੇਨ ਇਟਸ ਅ ਪ੍ਰੈਕਟਿਸ ਮੈਂ ਸਾਰਿਆਂ ਨੂੰ ਇੱਕ ਹਮੇਸ਼ਾ ਟਿਪ ਦੇਣਾ ਹੁੰਦਾ ਕਿ ਮਨ ਲਓ ਤੁਸੀਂ ਕ੍ਰਿਕਟਰ ਹੋ ਜਾਂ ਤੁਸੀਂ ਕੁਝ ਪਲੇਅਰ ਹੋ ਮੰਨ ਲਓ ਤੁਸੀਂ ਪਲੇਅਰ ਹੋ ਤਾਂ ਪਲੇਅਰ ਲਈ ਨਾ ਹਮੇਸ਼ਾ ਕਿਹਾ ਜਾਂਦਾ ਹੈ ਕਿ ਨੈਟ ਪ੍ਰੈਕਟਿਸ ਕਰੋ ਜਾਓ ਗੋ ਐਂਡ ਪਲੇ 2 ਆਵਰਸ ਇਨ ਨੈਟ ਤੁਹਾਨੂੰ ਟੈਕਨੀਕ ਆ ਜਾਏਗੀ ਉਹ ਇੱਕ ਵਾਰੀ ਚ ਨਹੀਂ ਆਏਗੀ ਤੁਸੀਂ ਇੱਕ ਵਾਰੀ ਬੈਟਿੰਗ ਕਰਕੇ ਤੁਹਾਨੂੰ ਬੈਟਿੰਗ ਕਰਨੀ ਨਹੀਂ ਆ ਜਾਏਗੀ ਤੁਹਾਨੂੰ ਰੋਜ਼ ਕਰਨੀ ਪਵੇਗੀ ਉਵੇਂ ਹੀ 셀ਫ ਲਵ ਇਜ਼ ਆਲਸੋ ਅ ਪ੍ਰੈਕਟਿਸ ਆਪਣੇ ਬਾਰੇ ਸ਼ੀਸ਼ੇ ਚ ਖੜਕੇ ਅਸੀਂ A to Z ਪਰਫੈਕਟ ਤਿਆਰ ਹੋਏ ਹੁੰਨੇ ਹਾਂ ਨਾ ਤੇ ਹਲਕਾ ਜਿਹਾ ਇੱਕ ਵਾਲ ਬਾਹਰ ਹੁੰਦਾ ਨਾ ਜਿਵੇਂ ਅਸੀਂ ਸਰਦਾਰ ਅਸੀਂ ਪੱਗ ਬੰਨਦੇ ਆ ਤਾਂ ਪਰਫੈਕਟ ਰੈਡੀਆ ਨਾ ਹਲਕਾ ਜਿਹਾ ਇੱਕ ਲੜ ਖਰਾਬ ਹੈ ਨਾ ਸਾਰਾ ਧਿਆਨ ਉੱਥੇ ਜਾਂਦਾ ਪਤਾ ਹੈ ਕਿਉਂ ਬਿਕੋਜ਼ ਵੀ ਆਰ ਬਿਲਟ ਇਨ ਅ ਵੇ ਕੰਡੀਸ਼ਨਡ ਇਨ ਅ ਵੇ ਕਿ ਅਸੀਂ ਆਪਣੀਆਂ ਮਾੜੀਆਂ ਚੀਜ਼ਾਂ ਤੇ ਸਭ ਤੋਂ ਪਹਿਲੇ ਫੋਕਸ ਕਰਦੇ ਆ ਵੀ ਡੋਨਟ ਇਵਨ ਹੈਵ ਵੀ ਇਵਰ ਲੁੱਕ ਇਨ ਦ ਮਿਰਰ ਐਂਡ ਸੇ ਵਾਓ ਕੀਆ ਬੰਦਾ ਆ ਰੱਬ ਨੇ ਕੀਆ ਬੰਦਾ ਬਣਾਇਆ ਇਟ ਹਾਸ ਟੂ ਬੀ ਅ ਪ੍ਰੈਕਟਿਸ ਰੋਜ਼ ਸਵੇਰੇ ਰੋਜ਼ ਸਵੇਰੇ ਯਾ ਰੋਜ਼ ਦਿਨ ਚ 5 ਮਿੰਟ ਲਗਾਓ ਸੈਲਫ ਲਵ ਪ੍ਰੈਕਟਿਸ ਕਰਨ ਲਈ पी लो नोटबुक लो अपने बारे चंगो फाइंड आउट फाइव गुड थिंग अबाउट यू एवरी डे एंड टेन ईयरस आई डू इट आई डू इट वेन एवर आई एम लो एंड आई जस्ट डू इट रैंडमली एज वेल कुछ लोग ग्रेटफुल किस किस चीज लियो कुछ चीज कुछ एद कुछ कुछ ऐनू ग्रैटीट्यूड वाग देखते दे हैं कुछ है अपनी क्वालिटीज वाग देखते दे हैं जिम्मे मर्जी देख लो फाइव थिंग्स दैट यू आर ग्रेटफुल फॉर फाइव थिंग्स दैट आर गुड इन यू थ्री थिंग्स दैट आर गुड इन यू मेक दिस अ प्रैक्टिस राइट इट डाउन ऑन योर नोट पैड मेक इट योर वॉल पेपर वानस यू मेक दिस जिम्मे जिमें फिटनैस इज अ प्रैक्टिस ना यार जिम एक दिन जाके नहीं होगा उल्फ लव मैंटल फिटनेस भी एक प्रैक्टिस है ਉਹਦਹੀਂ ਹੋਏਗੀ ਜਦ ਤੁਸੀਂ ਉਹਨੂੰ ਰੈਗੂਲਰਲੀ ਥੋੜਾ ਥੋੜਾ 5 ਮਿੰਟ ਆਪਣੇ ਦਿਮਾਗ ਨੂੰ ਸਟਰੋਂਗ ਕਰਨ ਲਈ ਦੇਣੇ ਆ ਰੋਜ਼ ਇਫ ਵੀ ਕੈਨ ਡੂ ਥਿਸ ਯੂ ਵੋਂਟ ਨੀਡ ਐਨੀਥਿੰਗ ਇਨ ਲਾਈਫ ਆ ਥਿੰਕ ਅਸੀਂ ਆਖਰੀ ਪੜਾਅ ਤੇ ਪਹੁੰਚ ਗਏ ਆ ਪੋਡਕਾਸਟ ਦੇ ਤੇ ਇੱਥੇ ਮੈਂ ਦੋ ਕੁਐਸਚਨਸ ਪੁੱਛਾਂਗੀ ਕਿ ਇੱਕ ਗੱਲ ਤੇ ਮੈਨੂੰ ਲੱਗਦੀ ਹੈ ਕਿ ਜਿਹੜੀ ਸਾਡੇ ਪੇਰੈਂਟਸ ਦੀ ਜਨਰੇਸ਼ਨ ਹੈਗੀ ਹੈ ਨਾ ਉਹ ਇੱਕ ਸੈਂਡਵਿਚ ਬਣ ਚੁੱਕੀ ਹੋਈ ਹੈ ਸਾਡੇ ਜਨਰੇਸ਼ਨ ਦੇ ਵਿੱਚ ਤੇ ਸਾਡੇ ਦਾਦਾ ਦਾਦੀ ਦੇ ਜਨਰੇਸ਼ਨ ਦੇ ਵਿੱਚ ਬਿਕੋਜ਼ ਜੋ ਸਾਡੇ ਦਾਦਾ ਦਾਦੀ ਦੇ ਜਨਰੇਸ਼ਨ ਵਿੱਚ ਉਹਨਾਂ ਨੇ ਦੱਸਿਆ ਉਹਨਾਂ ਨੇ ਉਹ ਫੋਲੋ ਕੀਤਾ ਉਹਨਾਂ ਨੇ ਆਪਣਾ ਦਿਮਾਗ ਨਹੀਂ ਲਗਾਇਆ ਹਮ ਟੈਕਵਨੀ ਸੀਗਾ ਟੈਕਨੋਲੋਜੀ ਨਹੀਂ ਸੀਗੀ ਤੇ ਜੋ ਉਹਨਾਂ ਦੇ ਪੇਰੈਂਟੋਂ ਸਿਖਾਇਆ ਉਹਨਾਂ ਨੇ ਉਹ ਕੀਤਾ ਤੇ ਉਹ ਹੀ ਸਭ ਕੁਝ ਉਹ ਸਾਨੂੰ ਸਿਖਾ ਰਹੇ ਨੇ ਹਮ ਦੋ ਕੁਐਸ਼ਨਸ ਨੇ ਸਾਨੂੰ ਸਾਡੇ ਪੇਰੈਂਟਸ ਜਨਰੇਸ਼ਨ ਨੂੰ ਕੀ ਦੱਸਣਾ ਚਾਹੀਦਾ ਤਾਂ ਕਿ ਉਹ ਆਪਣੇ ਆਪ ਨੂੰ ਪਿਆਰ ਕਰਨ ਆਪਣੀ ਮੈਂਟਲ ਸਟਰੈਂਥ ਡਵੈਲਪ ਕਰਨ ਕਿਦਾਂ ਉਹ ਆਪਣੇ ਬੱਚਿਆਂ ਨੂੰ ਗੁੱਡ ਕੁਆਲਟੀ ਸਿਖਾ ਸਕਣ ਪਹਿਲਾ ਕੁਐਸਚਨ ਤੇ ਹੈ ਦੂਸਰਾ ਵਟ ਲਰਨਿੰਗਸ ਸਾਨੂੰ ਲੈਣੀਆਂ ਚਾਹੀਦੀਆਂ ਤਾਂ ਕਿ ਅਸੀਂ ਆਪਣੀ ਫੋਰਥ ਜਨਰੇਸ਼ਨ ਜਿਹੜੀ ਅਗਲੀ ਜਨਰੇਸ਼ਨ ਹੈਗੀ ਹੈ ਉਹਨਾਂ ਨੂੰ ਕਿਦਾਂ ਸਟਰੋਂਗ ਬਣਾਈਏ ਮੈਨੂੰ ਲੱਗਦਾ ਦੋ ਓਨਲੀ ਥਿੰਗ ਥੈਟ ਕੈਨ ਸੋਲਵ ਆਲ ਆਫ ਥਿਸ ਪ੍ਰੋਬਲਮ ਇਜ਼ ਸਪਿਰਚੁਅਲਿਟੀ ਆਈ ਮੇ ਬੀ ਵੈਰੀ ਰੌਂਗ ਪਰ ਜੋ ਵਿੱਚ work for me ਮੈਂ ਆਪਣੇ experience ਤੋਂ ਬੋਲ ਰਿਹਾ ਕਿ ਸਾਡੇ ਦਾਦਾ ਦਾਦੀਆਂ ਤੇ ਸਾਡੇ ਮੰਮਾ ਪਾਪਾ ਤੇ ਸਾਡੇ ਜਾਂ ਸਾਡੀ ਅਗਲੀ generation ਦੇ ਵਿੱਚ ਸਿਰਫ ਇੱਕੋ ਹੀ ਚੀਜ਼ common ਰਹਿਣ ਵਾਲੀ ਹੈ that is uh, technology change ਹੁੰਦੀ ਰਹੇਗੀ ਪੜ੍ਹਾਈ change ਹੁੰਦੀ ਰਹੇਗੀ clothing change ਹੁੰਦੀ ਰਹੇਗੀ lifestyle change ਹੁੰਦਾ ਰਹੇਗਾ ਜੋ ਨਹੀਂ change ਹੋਏਗਾ ਉਹ ਹੈ ਧਰਮ ਤੇ ਰੱਬ ਤੇ ਵਿਸ਼ਵਾਸ ਇਹ ਪੰਜ ਸੌ ਸਾਲ ਪਹਿਲੇ ਵੀ ਇਹੀ ਸੀ ਇਹ ਅਗਲੇ ਪੰਜ ਸੌ ਸਾਲ ਵੀ ਇਹੀ ਰਹੇਗਾ। if we can connect them to the god if we can tell them ke bacche duniya de vich ek power exist kardi hai jo tere dadde layi vi hoyi si jo mere layi vi hoyi si jo tere layi vi hoyi hai te jo tere bacche layi vi ohi rahegi oh parmatma hai te je parmatma de utte vishwas nu parmatma de bare jaanan nu parmatma de naal judan nu assi sare apna lifestyle bana langge taan assi ik sanu ik ehho jeh pehla ta

ਹਮੇਸ਼ਾ ਉਹਨਾ ਹੀ ਕੌਨਫੀਡੈਂਟ ਹੁੰਦਾ ਹੈ ਅਬਾਊਟ ਮੇਕਿੰਗ ਮਿਸਟੇਕਸ ਐਂਡ ਫੇਲਿਅਰਸ ਮੰਨ ਲਓ ਮੇਰੇ ਕ ਮੇਰੇ ਘਰ ਦੇ ਵਿੱਚ ਜੇ ਰੋ ਸਵੇਰੇ ਗੱਲ ਹੋ ਰਹੀ ਹੈ ਕਿ ਗੁਰਬਾਣੀ ਕਹਿੰਦੀ ਹੈ ਤੂੰ ਕਰੋ ਭਲਾ ਹਮ ਭਲਾ ਨਾ ਜਾਣਾ ਤੂੰ ਸਦਾ ਸਦਾ ਦੇ ਆਲਾ ਪਰਮਾਤਮਾ ਤਾਂ ਹਮੇਸ਼ਾ ਅੱਛਾ ਹੀ ਕਰਦਾ ਹੈ ਭਲਾ ਹੀ ਕਰਦਾ ਹੈ ਸਾਨੂੰ ਅੱਛਾ ਨਹੀਂ ਲੱਗ ਰਿਹਾ ਹੁੰਦਾ ਸਾਨੂੰ ਭਲਾ ਨਹੀਂ ਲੱਗ ਰਿਹਾ ਹੁੰਦਾ ਤੂੰ ਸਦਾ ਸਦਾ ਦੇਵਾਲਾ ਮੰਨ ਲਓ ਜੇ ਮੇਰੇ ਘਰ ਦੇ ਵਿੱਚ ਬੱਚਾ ਐਂ ਮੈਂ ਹਰ ਧਰਮ ਦੀ ਗੱਲ ਕਰ ਰਿਹਾ ਕੋਈ ਵੀ ਆਪਣੇ ਧਰਮ ਚੋਂ ਇਹ ਗੱਲ ਚੱਕ ਸਕਦਾ ਜੇ ਮੇਰੇ ਧਰਮ ਦੇ ਵਿੱਚ ਮੈਂ ਰੋਜ਼ ਪਾਠ ਕਰ ਰਿਹਾ ਤੇ ਮੈਂ ਰੋਜ਼ ਰਹਿਰਾ ਸਾਹਿਬ ਦਾ ਪਾਠ ਕਰਦਾ ਤੇ ਉਹਦੇ ਵਿੱਚ ਮੈਂ ਸੁਣਦਾ ਕਿ ਕਾਹੇ ਰੇਮਨ ਚਿਤਵੈ ਉਦਮ ਜਾ ਆਹਰ ਹਰ ਜਿਓ ਪਰਿਆ ਸੈਲ ਪੱਥਰ ਮੈਂ ਜਨ ਤੋਂ ਪਾਇ ਤਾਕਰੇ ਜਗਾ ਕੇ ਕਰਦਾ ਰਿਹਾ ਕਿ ਪਰ ਮਨ ਤੋਂ ਚਿੰਤਾ ਕਿਉਂ ਕਰਦਾ ਹੈ ਰੋਟੀ ਤਾਂ ਪਰਮਾਤਮਾ ਸਾਰਿਆਂ ਨੂੰ ਹੀ ਦੇ ਦੇਗਾ why are you afraid ਜਿਹੜਾ ਪਾਣੀ ਉੱਤੇ ਵੀ ਜੀਵ ਪੈਦਾ ਹੋ ਰਿਹਾ ਹੈ, ਇਨਸਾਨ ਪੈਦ ਅਹ ਕੋਈ ਵੀ ਅਹ ਜਾਨਵਰ ਪੈਦਾ ਹੋ ਰਿਹਾ ਹੈ ਪਾਣੀ ਦੇ ਉੱਤੇ ਵੀ, ਪ੍ਰਮਾਤਮਾ ਨੇ ਓਹਦੀ ਵੀ ਰੋਟੀ ਤਿਆਰ ਕੀਤੀ ਹੋਈ ਹੈ ਤਾਂ ਤੇਰੀ ਵੀ ਹੋਈ ਜਾਏਗੀ, ਇੰਨਾ stress ਕਿਓਂ ਲੈਂਦਾ ਹੈ, ਤਾਂ ਮੈਨੂੰ ਲਗਦਾ ਹੈ ਕਿ ਜਿਹੜੇ ਘਰ ਚ spirituality ਦੀ ਗੱਲ ਹੋ ਰਹੀ ਹੁੰਦੀ ਹੈ ਨਾ, ਰੱਬ ਦੀ ਗੱਲ ਹੋ ਰਹੀ ਹੁੰਦੀ ਹੈ, ਓਸ ਘਰ ਦੇ ਵਿੱਚ ਇਹ pity topics ਤੇ ਲੜਾਈਆਂ ਬੰਦ ਹੋ ਜਾਂਦੀਆਂ ਕਿ generation gap ਹੈ ਜਾਂ we are not relating to each other if your parents have not done it or if my parents have not done it it's it's our responsibility to do it build our at build an atmosphere in our house of whenever someone is entering in our house there's a talk of positivity spirituality ते जब वो हो जाएगी ना फिर साढ़े को एक बहुत सोना एटमोसफेयर क्रिएट हो जाएगा कि ओके परमात्मा बैठा है कोई चीज चक्कर नहीं तो वो आई थिंक इशू सॉल्व हो सकते हैं परफेक्ट गौरवदीप ਬਹੁਤ 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 ਸ਼ੁਕਰੀਆ ਏ ਟਾਕ ਦੇਣ ਵਾਸਤੇ ਮੇਰੇ ਨਾਲ ਗੱਲ ਕਰਨ ਵਾਸਤੇ ਇਨੀ ਰਾਤੀ ਥੈਂਕ ਯੂ ਫॉर ਯਰ ਟਾਈਮ ਅਗੇਨ ਮੈਂ ਤੁਹਾਡਾ ਹੋਟੈਲ ਨਹੀਂ ਲੈਣਾ ਚਾਹੁੰਦੀ ਆ I think ਉੱਥੇ ਸਵੇਰ ਹੋ ਗਈ ਹੋएगी ਜੀ ਬਟ ਇਨੀ ਪੋਜ਼ਿਟਿਵਿਟੀ ਨਾਲ ਗੱਲਾਂ ਕਰਨ ਵਾਸਤੇ ਯੂ نو ਸਾਡੇ ਯੂਥ ਵਾਸਤੇ ਇੱਕ ਚੇਂਜ ਲੈ ਕੇ ਆਉਣ ਵਾਸਤੇ I think ਬਹੁਤ ਹਿੰਮਤ ਦੀ ਲੋੜ ਹੁੰਦੀ ਹੈ ਬਹੁਤ ਪਾਵਰਫੁਲ ਲੋੜ ਹੁੰਦੀ ਹੈ ਨਾਥਿੰਗ ਹਨ ਉਹ ਪਾਵਰ ਉਹ ਰੱਬ ਤੋਂ ਆ ਰਹੀ ਹੈ ਤੇ ਉਹਨਾਂ ਨੇ ਤੁਹਾਨੂੰ ਇੱਕ ਮੀਡੀਅਮ ਬਣਾਇਆ ਟੂ ਬ੍ਰਿੰਗ ਚੇਂਜ ਫॉर ਯੂਥ ਐਂਡ ਥੈਂਕ ਯੂ ਅਗੇਨ ਤੁਸੀਂ ਪੋਡਕਾਸਟ ਆਏ ਆਪਣਾ ਟਾਈਮ ਦਿੱਤਾ ਤੇ ਥੈਂਕ ਯੂ